ಹಬ್ಬಿ ಬಂದೆ ಸುರಿಗೆಯಾಯಿ ಸುದಿಯವ ಯೇಸು ಮನ ಜಾ ತು ಪಪಿ ಬಂದೆ ಸುಲಿಕೆಯೇಸು ದಿಯಾಬೋ ಕೇರೋ ತೇರೀ ಉಡೀಕಲಿ ಕಡಾ ಲೆ ಆಜಬೋ ಕೇರೋ ತೇರೀ ಉಡೀಕಲಿ ಕಡಾ ಸುನೇರಿ ನಗವಾ ಪಪಿ ಬಂದೆ ಸುಲಿಗೆಯೇಸು ದಿಯಾಬಾ ಪಪಿ ಬಂದೆ ಸುಲಿಗೆಯೇಸು ದಿಯಾಬಾ ದೇವಿ ಗಾಯೇಸು ಹನಜಾ ಪಪಿ ಬಂದೆ ಸುಲಿಗೆಯೇಸು ದಿಯಾಬಾ ಪಪಿ ಬಂದೆ ಸುಲಿಗೆಯೇಸು ದಿಯಾಬಾ ಸುಲೆ ಯೇಸು ದಾ ಏ ಫರ್ಮಾನ್ ಅಮೃತ ಜಲೆ ಆಕೆ ಸುಲೆ ಯೇಸು ದಾ ಏ ಫರ್ಮಾನ್ ಅಮೃತ ಜಲೆ ಆಕೆ ಸರ್ವೋಚ್ಚ ಪ್ರಭು ಖುದಾ ದೇ ರಾಹಿ ಏಕ ವಾರಿ ಮರಿಯಮ್ ತು ತರ್ತಿದಿಯಾಂ ಸಾರಿಯಾಂ ಔರತಾಂ ವಿಚೋಂ ತನ್ ಹೈ ಉಸ್ನೇ ತೇರೇ ನಾಮ್ ನೂ ಇನ್ನಾ ಉತ್ಸಾಹ ಕೀತಾ ಕಿ ಇಹ ಸಾಡೇ ಬੁੱਲਾਂ ਤੋਂ ਕਦੀ ਨਹੀਂ ਮਿਟੇਗਾ ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਤੇ ਆਮੀਨ ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ ਖੁਦਾ ਬਾਪ ਦਾ ਪ੍ਰੇਮ
ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਹੀ ਹੋਵੇ। ਮਸੀਹ ਵਿੱਚ ਮੇਰੇ ਪਿਆਰੇ ਭਰਾਓ ਭੈਣੋ ਅਤੇ ਮੇਰੇ ਪਿਆਰੇ ਬੱਚਿਓ, ਜਦੋਂ ਅਸੀਂ ਇਤਿਹਾਸ ਦੇ ਪੰਨੇ ਮੋੜ ਕੇ ਵੇਖਦਾ ਹੈ ਤਾਂ ਸਾਨੂੰ ਪਤਾ ਲੱਗਦਾ ਮਾਂ ਮਰੀਮ ਦਾ ਜੋ ਤਾਂ ਕਿੰਨੇ ਉੱਚਾ ਹੈ, ਕਿੰਨੇ ਮਹੱਤਵ ਹੈ। ਪਿਤਾ ਪਰਮੇਸ਼ਰ ਕਿਉਂ ਮਾਂ ਮਰੀਮ ਨੂੰ ਆਪਣੇ ਇਕਲੌਤੇ ਬੇਟੇ ਦਾ ਮਾਂ ਬਣਨ ਲਈ ਚੁਣਿਆ? ਇੱਕੋ ਹੀ ਕਾਰਨ ਹੈ, ਉਹਦਾ ਡੂੰਘੀ ਨਿਮਰਤਾ, ਉਹਦਾ ਹਲੀਮੀ ਵੇਖ ਕੇ ਪਿਤਾ ਪਰਮੇਸ਼ਰ ਮਰੀਮ ਨੂੰ ਚੁਣਿਆ ਆਪਣੇ ਇਕਲੌਤੇ ਬੇਟੇ ਦੇ ਮਾਂ ਬਣਨ ਦੇ ਲਈ। ਉਹਦੇ ਆਗਿਆਕਾਰੀ ਵੇਖ ਕੇ ਪਿਤਾ ਪਰਮੇਸ਼ਰ ਮਰੀਮ ਨੂੰ ਚੁਣਿਆ, ਧਾਬੀਆਦਾਰੀ ਵੇਖ ਕੇ, ਉਹਦਾ ਵਿਸ਼ਵਾਸ ਨੂੰ ਵੇਖ ਕੇ ਪਿਤਾ ਪਰਮੇਸ਼ਰ ਮਰੀਮ ਨੂੰ ਆਪਣੇ ਇਕਲੌਤੇ ਬੇਟੇ ਦਾ ਮਾਂ ਬਣਨ ਲਈ ਚੁਣਿਆ। ਮੇਰੇ ਪਿਆਰੀਓ, ਮਾਂ ਮਰੀਮ ਦਾ ਜ਼ਿੰਦਗੀ ਸਾਡੇ ਹਰੇਕ ਦੇ ਲਈ ਇੱਕ ਚੁਣੌਤੀ ਹੈ, ਪਰਿਵਾਰਕ ਜੀਵਨ ਬਿਤਾਉਣ ਵਾਲਿਆਂ ਦੇ ਲਈ, ਮਾਤਾ ਪਿਤਾਵਾਂ ਦੇ ਲਈ, ਪਤੀ ਪਤਨੀ ਦੇ ਲਈ, ਬੱਚਿਆਂ ਲਈ, ਨੌਜਵਾਨ ਪਿੰਡ ਭਰਾਵਾਂ ਦੇ ਲਈ, ਸਮਰਪਿਤ ਜੀਵਨ ਬਿਤਾਉਣ ਵਾਲਿਆਂ ਦੇ ਲਈ, ਅਸਾਂ ਸਾਰਿਆਂ ਲਈ ਮਾਂ ਮਰੀਮ ਦਾ ਜ਼ਿੰਦਗੀ ਪ੍ਰੇਰਨਾਦਾਇਕ ਹੈ, ਸਾਡੇ ਲਈ ਚੁਣੌਤੀ ਹੈ। ਮੇਰੇ ਪਿਆਰੀਓ, ਇਸ ਪਵਿੱਤਰ ਕੁਰਬਾਨੀ ਦੇ ਵਿੱਚ ਅਸੀਂ ਸਾਰੇ ਪ੍ਰਾਰਥਨਾ ਕਰੀਏ ਕਿ ਪਿਤਾ ਪਰਮੇਸ਼ਰ ਸਾਨੂੰ ਵੀ ਇਹਨਾਂ ਸਾਰੇ ਗੁਣ ਬਖਸ਼ੇ। ਮਾਂ ਮਰੀਮ ਦੇ ਵਿੱਚ ਜਿੰਨਾ ਵੀ ਗੁਣ ਹੈ ਉਹ ਗੁਣ ਅਸੀਂ ਵੀ ਅਪਣਾਉਣ ਲਈ ਕੋਸ਼ਿਸ਼ ਕਰੀਏ। ਜਦੋਂ ਤੁਸੀਂ ਔਰ ਮੈਂ ਮਾਂ ਮਰੀਮ ਦੇ ਵਿੱਚ ਜੋ ਗੁਣ ਹੈ ਅਪਣਾਉਣਗੇ, ਪਿਤਾ ਪਰਮੇਸ਼ਰ ਸਾਡੇ ਹਰੇਕ ਦੇ ਜ਼ਿੰਦਗੀ ਦੇ ਵਿੱਚ ਸਵਰਗ ਦੂਤ ਨੂੰ ਕੱਲਣਗੇ ਅਤੇ ਆਖਣਗੇ ਪ੍ਰਣਾਮ, ਜਿਸ ਤਰ੍ਹਾਂ ਸਵਰਗ ਦੂਤ ਨੇ ਮਰੀਮ ਨੂੰ ਆਖਿਆ ਪ੍ਰਣਾਮ ਹੈ ਮਰੀਮ। ਮੇਰੇ ਪਿਆਰੀਓ, ਇਹ ਪਿਤਾ ਪਰਮੇਸ਼ਰ ਦੀ ਆਵਾਜ਼ ਸੁਣਨ ਦੇ ਲਈ ਅਸੀਂ ਵੀ ਮਾਂ ਮਰੀਮ ਦੇ ਵਿੱਚ ਜੋ ਗੁਣ ਹੈ ਅਪਣਾਈਏ, ਉਹਦੇ ਲਈ ਅਸੀਂ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਪ੍ਰਾਰਥਨਾ ਕਰੀਏ। ਆਓ ਅਸੀਂ ਸਾਰੇ ਹੱਥ ਜੋੜ ਕੇ ਇਸ ਪਵਿੱਤਰ ਕੁਰਬਾਨੀ ਦੇ ਸ਼ੁਰੂਆਤ ਦੇ ਵਿੱਚ ਆਪਣੇ ਆਪ ਨੂੰ ਪਿਤਾ ਪਰਮੇਸ਼ਰ ਦੀ ਇਸ ਪਵਿੱਤਰ ਬਲੀ ਵੇਦੀ ਦੇ ਸਾਹਮਣੇ ਸਮਰਪਿਤ ਕਰੀਏ। ਆਪਣੇ ਪਰਿਵਾਰ ਦੇ ਲਈ ਅਸੀਂ ਦੁਆ ਮੰਗੀਏ, ਅਸੀਂ ਆਪਣੇ ਵਿਅਕਤੀਗਤ ਲੋੜਾਂ ਅਤੇ ਜ਼ਰੂਰਤਾਂ ਨੂੰ ਸਮਰਪਿਤ ਕਰੀਏ। ਜਿੰਨਾ ਵੀ ਲੋਕ ਅੱਜ ਦੇ ਦਿਨ ਸਾਡੀ ਦੁਆਵਾਂ ਦਾ ਮੰਗ ਕੀਤਾ ਹੈ, ਜਦੋਂ ਅਸੀਂ ਚਰਚ ਵੱਲ ਆ ਰਹੇ ਸੀ ਕਈ ਲੋਕ ਸਾਨੂੰ ਆਖਿਆ ਸਾਡੇ ਲਈ ਵੀ ਦੁਆ ਕਰੋ। ਮੇਰੇ ਪਿਆਰੀਓ, ਅਸੀਂ ਉਹਨਾਂ ਨੂੰ ਵੀ ਯਾਦ ਕਰੀਏ, ਉਹਨਾਂ ਦੇ ਲਈ ਪ੍ਰਾਰਥਨਾ ਕਰੀਏ। ਸਾਡੇ ਆਪਣੇ ਪਰਿਸ਼ ਦੇ ਲਈ ਦੁਆ ਕਰੀਏ, ਪਰਿਸ਼ ਦੇ ਵਿੱਚ ਜੋ ਵੀ ਪ੍ਰੋਗਰਾਮ ਮਾਂ ਮਰੀਮ ਦਾ ਮੇਲਾ ਅਸੀਂ ਮਨਾਉਣ ਲਈ ਤਿਆਰੀ ਕਰ ਰਹੇ ਨੇ, ਉਸ ਮੇਲੇ ਨੂੰ ਅਸੀਂ ਸਮਰਪਿਤ ਕਰੀਏ। ਜਿੰਨਾ ਵੀ ਸ਼ਰਧਾਲੂਆਂ ਮਾਂ ਮਰੀਮ ਕੋਲ ਇਸ ਤੀਰਥ ਸਥਾਨ ਦੇ ਵਿੱਚ ਆਉਣਾ ਹੈ, ਉਹਨਾਂ ਸਾਰਿਆਂ ਨੂੰ ਅਸੀਂ ਸਮਰਪਿਤ ਕਰੀਏ। ਤੁਹਾਡੀ ਪ੍ਰਾਰਥਨਾ ਦੇ ਰਾਹੀਂ ਪਿਤਾ ਪਰਮੇਸ਼ਰ ਉਹਨਾਂ ਸਾਰਿਆਂ ਨੂੰ ਬਰਕਤਾਂ, ਆਸ਼ੀਸ਼ਾਂ, ਕਿਰਪਾ ਅਤੇ ਫਜ਼ਲ ਦੇਵੇ। ਇਸ ਪਵਿੱਤਰ ਕੁਰਬਾਨੀ ਯੋਗ ਰੀਤੀ ਨਾਲ ਸਮਰਪਿਤ ਕਰਨ ਲਈ ਆਪਣੇ ਗਲਤੀਆਂ ਨੂੰ, ਆਪਣੇ ਗੁਨਾਹਾਂ ਨੂੰ ਚੇਤੇ ਕਰੀਏ। ਜੋ ਵੀ ਪਾਪ, ਜੋ ਵੀ ਗੁਨਾਹ ਇਹਨਾਂ ਦਿਨਾਂ ਦੇ ਵਿੱਚ ਅਸੀਂ ਕੀਤਾ ਹੈ, ਜਾਣੇ ਅਣਜਾਣੇ ਦੇ ਵਿੱਚ, ਉਹਨਾਂ ਸਾਰੇ ਪਾਪਾਂ ਦੇ ਲਈ ਅਸੀਂ ਪਿਤਾ ਪਰਮੇਸ਼ਰ ਕੋਲੋਂ ਮਾਫੀ ਅਤੇ ਮਦਦ ਮੰਗੀਏ। ਬਾਲੇ ਕਰਦਾ ਮੈਂ ਕੇ ਬਾ
सदा कुवारी मरियम ते सारे फरिश्ते संताते पूरी कुदरत वाला खुदा साढ़े उत्ते दया करे अते साढ़े गुनाहां नूं माफ करके सानूं सदी भी जीवन तक पहुंचावे आमीन वडे आई नहीं मा
ਅਸੀਂ ਪ੍ਰਾਰਥਨਾ ਕਰੀਏ। ਇਸ ਪ੍ਰਾਰਥਨਾ ਦੇ ਵਿੱਚ ਮੁਕੇਸ਼ ਸੋਨੀ ਅਤੇ ਉਹਨਾਂ ਦੇ ਪਰਿਵਾਰ ਦੇ ਲਈ, ਰੁਪਿਖਿਆ ਦੇ ਲਈ, CMC ਸਿਸਟਰਾਂ ਜੋ ਦੀਨਾ ਪੈਰਿਸ਼ ਦੇ ਵਿੱਚ ਸੇਵਾ ਨਿਭਾਉਂਦੇ ਹਨ, ਉਹਨਾਂ ਸਾਰਿਆਂ ਲਈ ਅਸੀਂ ਖਾਸ ਪ੍ਰਾਰਥਨਾ ਕਰੀਏ। ਇਹ ਪ੍ਰਭੂ ਆਪਣੇ ਲੋਕਾਂ ਉੱਤੇ ਨਜ਼ਰ ਕਰ, ਜੋ ਤਨ ਕੁਵਾਰੀ ਮਰੀਮ ਦੀ ਯਾਦਗਾਰੀ ਨੂੰ ਮਨਾਉਣ ਲਈ ਇਕੱਠੇ ਹੋਏ ਹਨ, ਉਸ ਦੀ ਸਿਫਾਰਿਸ਼ ਰਾਹੀ ਬਖਸ਼ ਦੇ ਕਿ ਅਸੀਂ ਤੇਰੇ ਫਜ਼ਲ ਦੀ ਭਰਪੂਰੀ ਵਿੱਚ ਹਿੱਸੇਦਾਰ ਬਣੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀ, ਜੋ ਤੇਰੇ ਨਾਂ ਰੂਹ ਪਾਕ ਦੀ ਏਕਤਾ ਵਿੱਚ ਇੱਕਦਾ ਜੀਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ, ਆਮੀਨ। ਪਾਠ ਪਹਿਲਾ ਅਫੀਸੀਆਂ ਦੇ ਨਾਮ ਪੱਤਰ ਵਿੱਚੋਂ, ਉਹਦਾ 2:19 ਐਤ ਤੋਂ ਲੈ ਕੇ 22 ਐਤ ਤੱਕ। ਜਿਨ੍ਹਾਂ ਵਿੱਚੋਂ ਤੁਸੀਂ ਕਦੇ ਜੀਵਨ ਬਸਰ ਕਰਦੇ ਸੀ, ਤੁਸੀਂ ਸੰਸਾਰ ਦੀ ਚਾਲ ਉੱਤੇ ਚੱਲਦੇ ਹੋਏ ਉਸਦੇ ਰਵੱਈਏ ਅਨੁਸਾਰ ਆਕਾਸ਼ ਵਿੱਚ ਹਵਾ ਦੀ ਸ਼ਕਤੀ ਦੇ ਸ਼ਾਸਕ ਦੇ ਪਿੱਛੇ ਲੱਗੇ ਹੋਏ ਸੀ। ਹੁਣ ਵੀ ਉਹਨਾਂ ਵਿੱਚੋਂ ਉਹ ਰੂਹ ਕਾਰਜਸ਼ੀਲ ਹੈ ਜੋ ਖੁਦਾ ਦੀ ਆਗਿਆ ਨਹੀਂ ਮੰਨਦੇ ਹਨ। ਅਸੀਂ ਵੀ ਸਾਰੇ ਕਿਸੇ ਸਮੇਂ ਉਹਨਾਂ ਵਰਗੇ ਜੀਵਨ ਗੁਜ਼ਾਰਦੇ ਸਾਂ। ਅਸੀਂ ਆਪਣੇ ਸਰੀਰ ਦੀਆਂ ਵਾਸਨਾਵਾਂ ਦੇ ਨਾਲ, ਆਪਣੇ ਸਰੀਰ ਅਤੇ ਇੰਦਰੀਆਂ ਦੀਆਂ ਇੱਛਾਵਾਂ ਅਨੁਸਾਰ ਚੱਲਦੇ ਹੋਏ ਉਹਨਾਂ ਵਿੱਚੋਂ ਵਹਿੰਦੇ ਸਾਂ। ਅਸੀਂ ਇਸ ਤਰ੍ਹਾਂ ਅਸੀਂ ਬਾਕੀ ਸਾਰੇ ਦੂਜੇ ਲੋਕਾਂ ਵਾਂਗ ਸਹਿਜ ਸੁਭਾਅ ਦੀ ਖਾਹਿਸ਼ ਦੇ ਬੱਚੇ ਸਾਂ, ਪਰ ਖੁਦਾ ਨੇ ਜਿਸ ਦੀ ਰਹਿਮਤ ਦੀ ਦੌਲਤ ਅਪਾਰ ਹੈ, ਆਪਣੇ ਮਹਾਨ ਪਿਆਰ ਨਾਲ ਸਾਨੂੰ ਉਦੋਂ ਤੱਕ ਪਿਆਰ ਕੀਤਾ ਜਦੋਂ ਅਸੀਂ ਆਪਣੇ ਮਾਪਿਆਂ ਦੇ ਕਾਰਨ ਮਾਰੇ ਹੋਏ ਸਾਂ ਅਤੇ ਉਹਨਾਂ ਸਾਰਿਆਂ ਮਸੀਹਾਂ ਦੇ ਨਾਲ ਜਿਉਂਦੇ ਕੀਤੇ। ਉਸਦੇ ਫਜ਼ਲ ਨਾਲ ਉਸਦੇ ਬਚਾਏ ਹੋਏ ਯਿਸੂ ਮਸੀਹ ਵਿੱਚ ਅਸੀਂ ਜਿੰਦੇ ਕੀਤੇ ਗਏ ਹਾਂ। ਉਸ ਵਿੱਚ ਖੁਦਾ ਨੇ ਸਾਨੂੰ ਉਸਦੇ ਨਾਲ ਸਵਰਗੀਏ ਅਸਥਾਨਾਂ ਦੇ ਆਸਣਾਂ ਉੱਤੇ ਬਿਠਾਇਆ ਹੈ, ਤਾਂ ਜੋ ਉਹ ਮਸੀਹ ਵਿੱਚ ਯਿਸੂ ਮਸੀਹ ਸਾਡੇ ਵੱਲ ਆਪਣੇ ਤਰਸ ਨਾਲ ਆਉਣ ਵਾਲਾ ਯੁੱਗਾਂ ਵਿੱਚ ਆਪਣੇ ਫਜ਼ਲ ਦੀ ਅਪਾਰ ਆਨਵੀਨ ਦੌਲਤ ਦਿਖਾਏ, ਕਿਉਂਕਿ ਇਮਾਨ ਦੇ ਵਸੀਲੇ ਤੁਸੀਂ ਫਜ਼ਲ ਨਾਲ ਬਚਾਏ ਗਏ ਹੋ ਅਤੇ ਇਹ ਤੁਹਾਡਾ ਕੋਈ ਆਪਣੀ ਕਹਿਣੀ ਨਹੀਂ ਹੈ, ਇਹ ਤਾਂ ਖੁਦਾ ਦੀ ਦਾਤ ਹੈ। ਇਹ ਕਰਮਾਂ ਦਾ ਫਲ ਨਹੀਂ ਹੈ ਤਾਂ ਜੋ ਕੋਈ ਗੁਨਾਮ ਨਾ ਕਰੇ, ਕਿਉਂਕਿ ਅਸੀਂ ਉਹੀ ਹਾਂ ਜੋ ਸਾਨੂੰ ਉਸਦੇ ਬਣਾਏ ਹੈ ਭਲੇ ਕੰਮਾਂ ਕਰਨ ਵਾਸਤੇ। ਅਸੀਂ ਮਸੀਹ ਯਿਸੂ ਮਸੀਹ ਸਹਿਜ ਕਰਦੇ ਹਾਂ ਜੋ ਜੀਵਨ ਦਾ ਰਾਹ ਹੋਣ ਲਈ ਖੁਦਾ ਦੇ ਪਹਿਲੇ ਹੀ ਸਾਡੇ ਲਈ ਤਿਆਰ ਕੀਤੇ ਹਨ। ਇਹ ਪ੍ਰਭੂ ਦੀ ਬਾਣੀ ਹੈ। ਟਿਕਾਣਾ ਤੇਰਾ ਮੈਨੂੰ ਚੰਗਾ ਲਗਾ ਹੈ, ਖੁਦਾ ਬੰਦਾ ਤੂੰ ਲਸ਼ਕਰਾਂ ਦਾ ਖੁਦਾ ਹੈ, ਟਿਕਾਣਾ ਤੇਰਾ ਮੈਨੂੰ ਚੰਗਾ ਲਗਾ ਹੈ। ਚਾਹੁੰਦੀ ਤੇਰੀ ਬਰਗਾਨੂੰ, ਮੇਰੀ ਜਾਨ ਚਾਹੁੰਦੀ ਤੇਰੀ ਬਰਗਾਨੂੰ, ਮੇਰਾ ਮਨ ਮੇਰਾ ਤਨ ਵੀ ਕਰੇ ਦਾਸਨਾ ਹੈ, ਮੇਰਾ ਮਨ ਮੇਰਾ ਤਨ ਵੀ ਕਰੇ ਦਾਸਨਾ ਹੈ, ਖੁਦਾ ਬੰਦਾ ਤੂੰ ਟਿਕਾਣਾ ਤੇਰਾ ਮੈਨੂੰ ਚੰਗਾ ਲਗਾ ਹੈ।
ते चिड़िया ने आले ना पाया अटेरा ते चिड़िया ने आले ना पाया ठिकाना तेरा मेनु चंगा लगा है बचाओ जय जय कारना जब पुकारो क्यों जो खुदा है परा वो ही साड़ी है परा सबन सुनाओ सबन सुनाओ क्यों जो खुदा है परा वो ही साड़ी है परा सबन सुनाओ सबन सुनाओ हालेलुया Hallelujah, 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 Hallelujah. ਪ੍ਰਭ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ ਪਾਠ ਪਵਿੱਤਰ ਅੰਜੀਲ ਸੰਤ ਲੂਕਾ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ पहले बाब शबिये तुम अटत्ती ए तक एलिसबान गर्भवती होया छे महीना हो चुके सन जदों परमेश्वर ने जिब्राइल दूत ने गलील दी लाके दे नासरत ना दे एक पिंड विच कलिया स्वर्गदूत मरियम ना दे एक कुवारी कोल गया उस कुवारी दी मंगनी दाऊद दे कुल दे यूसुफ ना दे एक आदमी नाल होई सी स्वर्गदूत ने अंदर जाके मरियम नूं आखिया हे प्रभु दी कृपा पात प्रभु दी जे होवे ओ तेरे नाल है मरियम ए सुन के घबरा गई अते मन विच सोचन लगी ये किस तरह दा प्रणाम है स्वर्गदूत ने मरियम नूं कहा मरियम ना डर क्योंकि तेरे उते परमेश्वर दी कृपा होई है तू गर्भवती होवेगी अते एक पुत्र नूं जन्म देवेगी तो उसका नाम येसु रखना वो महान होवेगा वो परम परमेश्वर दा पुत्र रखवावेगा प्रभु परमेश्वर उसके पुरके दाऊदी राज गद्दी उस नूं देवेगा वो सदा तिक याकूब दे टबर उते राज करेगा उसके राज दा अंत नहीं होवेगा मरियम ने स्वर्गदूत नूं कहा ये किस तरह हो सकता है मैं अजे कुवारी हाँ स्वर्गदूत ने उत्तर दिता पवित्र आत्मा तेरे उत्ते उतरेगी अते परमेश्वर की शक्ति तेरे उत्ते छाया करेगी इसलिए जो पवित्र बालक तेरे तुम पैदा होवेगा परमेश्वर का पुत्र रखवावेगा तेरी रिश्तेदार एलिसबा भी अपने बुढ़ापे विच गर्भवती है ये उसका छेवा महीना है वो भी एक पुत्र नूं जन्म देवेगी परमेश्वर दे लई कुछ भी असंभव नहीं मरियम ने कहा मैं परमेश्वर दी दासी हाँ जिस तरह तुसा ने कहा मेरे नाल उसे तरह होवे फिर स्वर्गदूत
ਮਰੀਮ ਦੇ ਕੋਲੋਂ ਚਲਾ ਗਿਆ। ਇਹ ਪ੍ਰਭੂ ਯਿਸੂ ਦੀ ਪਾਕ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਅੰਜੀਲ ਦੇ ਸ਼ਬਦਾਂ ਦੇ ਰਾਹੀਂ ਸਾਡੇ ਪਾਪ ਮਿੱਟ ਜਾਣ। ਆਮੀਨ। ਮਸੀਹ ਵਿੱਚ ਮੇਰੇ ਪਿਆਰੇ ਭਰਾਓ ਪੇਣੋ ਅਤੇ ਮੇਰੇ ਪਿਆਰੇ ਬੱਚਿਓ ਸਾਰਿਆਂ ਨੂੰ ਜੈ ਸੁਖੀ। ਅਸੀਂ ਸਾਰੇ ਬੜੀ ਖੁਸ਼ੀ ਦੇ ਨਾਲ ਇਸ ਸ਼ਾਮ ਦੇ ਵੇਲੇ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਭਾਗ ਲੈਣ ਲਈ ਮਾਂ ਮਰੀਮ ਦਾ ਇਸ ਤੀਰਥ ਸਥਾਨ ਦੇ ਵਿੱਚ ਪਹੁੰਚਿਆ ਹੈ। ਮਾਂ ਮਰੀਮ ਕੋਲੋਂ ਬਰਕਤ ਆਸ਼ੀਸ਼ਾਂ ਹਾਸਲ ਕਰਨ ਲਈ, ਮਾਂ ਮਰੀਮ ਦੇ ਸਾਹਮਣੇ ਸਿਫਾਰਿਸ਼ ਕਰਨ ਲਈ ਅਸੀਂ ਸਾਰੇ ਇੱਥੇ ਪਹੁੰਚਿਆ ਹੈ। ਵੱਖ ਵੱਖ ਪਾਰਿਸ਼ਾਂ ਦੇ ਵਿੱਚੋਂ ਜਾਂ ਆਪਣੇ ਇਹੋ ਹੀ ਪਾਰਿਸ਼ ਦੇ ਵਿੱਚੋਂ ਅੱਜ ਇੱਥੇ ਪਹੁੰਚਿਆ ਹੈ। ਮੇਰੇ ਪਿਆਰਿਓ, ਜਦੋਂ ਅਸੀਂ ਮੈਂ ਔਰ ਤੁਸੀਂ ਬੜੀ ਵਿਸ਼ਵਾਸ ਦੇ ਨਾਲ ਹਲੀਮੀ ਦੇ ਨਾਲ ਪਿਤਾ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਨਗੇ, ਆਪਣੀ ਜ਼ਿੰਦਗੀ ਬਦਿਤ ਕਰਨਗੇ, ਸੱਚਮੁੱਚ ਪਿਤਾ ਪਰਮੇਸ਼ਰ ਸਾਨੂੰ ਬਰਕਤਾਂ ਆਸ਼ੀਸ਼ਾਂ ਦੇਣਗੇ। ਅੱਜ ਅਸੀਂ ਵਿਚਾਰ ਕਰਦੇ ਹਾਂ ਮਾਂ ਮਰੀਮ ਦਾ ਹਲੀਮੀ ਦੇ ਬਾਰੇ, ਉਹਦੇ ਡੂੰਘੀ ਨਿਮਰਤਾ ਦੇ ਬਾਰੇ ਅਸੀਂ ਵਿਚਾਰ ਕਰਦੇ ਹਾਂ। ਮਾਂ ਮਰੀਮ ਦਾ ਜ਼ਿੰਦਗੀ ਮੇਰੇ ਪਿਆਰੀਓ ਤੁਹਾਡੇ ਲਈ ਅਤੇ ਮੇਰੇ ਲਈ ਇੱਕ ਮਿਸਾਲ ਹੈ। ਉਹਦਾ ਜ਼ਿੰਦਗੀ ਸਾਡੇ ਲਈ ਪ੍ਰੇਰਨਾਦਾਇਕ ਹੈ। ਜਦੋਂ ਤੁਸੀਂ ਔਰ ਮੈਂ ਮਾਂ ਮਰੀਮ ਵੱਲ ਤੱਕਦਾ ਵੇਖਦਾ ਹੈ, ਉਹਦੇ ਕੋਲੋਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਮਿਲਦਾ, ਉਹਦੇ ਵਿੱਚ ਬਹੁਤ ਸਾਰੀਆਂ ਗੁਣਾਂ ਅਸੀਂ ਵੇਖਦਾ। ਕਿਹੜੀ ਕਿਹੜੀ ਗੁਣਾਂ ਅਸੀਂ ਵੇਖ ਸਕਦਾ ਹੈ? ਜਦੋਂ ਤੁਸੀਂ ਮਾਂ ਮਰੀਮ ਦੇ ਸਾਹਮਣੇ ਪਹੁੰਚਦੇ, ਜਦੋਂ ਤੁਸੀਂ ਮਾਂ ਮਰੀਮ ਵੱਲ ਵੇਖਦਾ ਹੈ, ਸਭ ਤੋਂ ਪਹਿਲਾਂ ਕਿਹੜੀ ਗੁਣ ਸਾਨੂੰ ਯਾਦ ਆਉਂਦੇ ਜਾਂ ਮਾਂ ਮਰੀਮ ਸਾਨੂੰ ਸਿੱਖਿਆ ਦਿੰਦਾ ਹੈ? ਸੂਰਜ ਜੀ, ਕਿਹੜੀ ਗੁਣ ਜੋ ਅਸੀਂ ਅਪਣਾਉਣਾ ਚਾਹੁੰਦਾ ਹੈ? ਹਲੀਮੀ ਦਾ, ਉਹਦਾ ਡੂੰਘੀ ਨਿਮਰ ਦਾ। ਮੇਰੇ ਪਿਆਰੀਓ, ਇਹਦੇ ਕਾਰਨ ਪਿਤਾ ਪਰਮੇਸ਼ਰ ਨੇ ਉਸਨੂੰ ਚੁਣਿਆ। ਮੁਕਤੀ ਦਾ ਇਤਿਹਾਸ ਦੇ ਵਿੱਚ ਮਾਂ ਮਰੀਮ ਨੂੰ ਭਾਗੀਦਾਰ ਇਸ ਲਈ ਬਣਾਇਆ, ਉਹਦਾ ਹਲੀਮੀ ਡੂੰਘੀ ਨਿਮਰਤਾ ਦਾ ਜ਼ਿੰਦਗੀ ਵੇਖ ਕੇ ਮੇਰੇ ਪਿਆਰੀਓ ਮਾਂ ਮਰੀਮ ਨੂੰ ਪਿਤਾ ਪਰਮੇਸ਼ਰ ਨੇ ਚੁਣਿਆ। ਆਪਣੇ ਇਕਲੌਤੇ ਬੇਟੇ ਦੇ ਮਾਂ ਬਣਨ ਦੇ ਲਈ। ਸੋ ਮੇਰੇ ਪਿਆਰੀਓ, ਤੁਹਾਡੇ ਵਿੱਚ ਅਤੇ ਮੇਰੇ ਵਿੱਚ ਇਹ ਹਲੀਮੀ ਦਾ ਗੁਣ ਬਹੁਤ ਹੀ ਜ਼ਰੂਰੀ ਹੈ। ਜੇਕਰ ਤੁਸੀਂ ਪਿਤਾ ਪਰਮੇਸ਼ਰ ਦੀ ਬਰਕਤ ਆਸ਼ੀਸ਼ਾਂ ਚਾਹੁੰਦੇ ਹੋ ਤਾਂ ਸਾਨੂੰ ਕੀ ਚਾਹੀਦਾ ਹੈ ਸਾਡੇ ਜ਼ਿੰਦਗੀ ਦੇ ਵਿੱਚ? ਹਲੀਮੀ ਦਾ ਜ਼ਿੰਦਗੀ। ਜਦੋਂ ਸਾਡੇ ਪਰਿਵਾਰ ਦੇ ਵਿੱਚ ਮੰਮੀ ਪਾਪਾ ਦੇ ਵਿੱਚ ਹਲੀਮੀ ਦਾ ਗੁਣ ਹੈ, ਉਹ ਮੰਮੀ ਅਤੇ ਪਾਪਾ ਦੇ ਜ਼ਿੰਦਗੀ ਸਾਡੇ ਲਈ ਮਿਸਾਲ ਹੈ, ਉਹਨਾਂ ਦਾ ਜ਼ਿੰਦਗੀ ਸਾਡੇ ਲਈ ਪ੍ਰੇਰਨਾਦਾਇਕ ਹੈ, ਅਤੇ ਬੱਚੇ ਮਾਤਾ ਪਿਤਾ ਦੇ ਜ਼ਿੰਦਗੀ ਦੇਖ ਕੇ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਉਹ ਹਲੀਮੀ ਦਾ ਗੁਣ ਧਾਰਨ ਕਰਦਾ। ਦੂਜਾ ਗੁਣ ਮਾਂ ਮਰੀਮ ਦੇ ਵਿੱਚੋਂ ਸਾਨੂੰ ਕੀ ਮਿਲਦਾ? ਦੂਜਾ ਸਿੱਖਿਆ ਜਾਂ ਗੁਣ, ਜਦੋਂ ਤੁਸੀਂ ਮਾਂ ਮਰੀਮ ਨੂੰ ਵੇਖ ਕੇ ਮੇਰੇ ਵੱਲ ਨਹੀਂ ਦੇਖੋ, ਮਾਂ ਮਰੀਮ ਨੂੰ ਵੇਖੋ, ਮਾਂ ਮਰੀਮ ਨੂੰ ਵੇਖ ਕੇ ਤੁਸੀਂ ਮੈਨੂੰ ਦੱਸੋ ਕਿਹੜੀ ਗੁਣ ਉਹਦੇ ਵਿੱਚ ਹੈਗਾ? ਹਲੀਮੀ ਤੁਸੀਂ ਦੱਸਿਆ, ਦੂਜਾ ਕੀ ਹੈਗਾ? ਤਾਬਿਆਦਾਰੀ, ਉਹਦੀ ਅੰਨ ਆਗਿਆਕਾਰੀ, ਬਲਾਈਂਡ ਓਬੀਡੀਅੰਸ। ਮਾਂ ਮਰੀਮ ਦੇ ਵਿੱਚ ਇਹ ਗੁਣ ਹੈ। ਜਦੋਂ ਸੁਰਗਦੂਤ ਨੇ ਆਖਿਆ, ਮਾਂ ਮਰੀਮ ਸ਼ੱਕ ਨਹੀਂ ਕੀਤੀ, ਉਹਨਾਂ ਨੇ ਕੀ ਆਖਿਆ? ਅੱਜ ਦੇ ਅੰਜੀਲ ਦੇ ਵਿੱਚ ਅਸੀਂ ਦੇਖਿਆ, ਉਹਨਾਂ ਨੇ ਕੀ ਆਖਿਆ? ਮੈਂ ਪਰਮੇਸ਼ਰ ਦੀ ਦਾਸੀ ਹਾਂ, ਜਿਵੇਂ ਤੁਸਾਂ ਨੇ ਆਖਿਆ ਉਸੇ ਤਰ੍ਹਾਂ ਮੇਰੇ ਨਾਲ ਹੋਵੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਮੇਰੇ ਪਿਆਰਿਓ, ਹਰੇਕ ਪਤੀ ਪਤਨੀ ਜਾਂ ਮਾਤਾ ਪਿਤਾ, ਨੌਜਵਾਨ ਭੈਣਾਂ ਅਤੇ ਭਰਾਵਾਂ, ਛੋਟੇ ਬੱਚੇ, ਆਪਣੀ ਜ਼ਿੰਦਗੀ ਦੇ ਵਿੱਚ ਇਹ ਗੁਣ ਧਾਰਨ ਕਰਨਾ। ਕਿਹੜੀ ਗੁਣ? ਹਲੀਮੀ ਅਤੇ ਤਾਬਿਆਦਾਰੀ, ਬਲਾਈਂਡ ਓਬੀਡੀਅੰਸ। ਜਦੋਂ ਮੈਂ ਆਪਣੇ ਸਮਰਪਿਤ ਜੀਵਨ ਗੁਜ਼ਾਰਦਾ, ਮੇਰੇ ਵਿੱਚ ਸਭ ਤੋਂ ਪਹਿਲਾਂ ਕੀ ਹੋਣਾ ਚਾਹੀਦਾ? ਅੰਨੇ ਆਗਿਕਾਰੀ, ਮੈਂ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ ਮੇਰੇ ਬੁਲਾਹਟ ਦੇ ਵਿੱਚ।
ਜੇਕਰ ਮੈਨੂੰ ਇਹ ਬੁਲਾਹਟ ਮਿਲੀ ਆ, ਉਹ ਬੁਲਾਹਟ ਦੇ ਵਿੱਚ ਮੈਂ ਦ੍ਰਿੜ ਰਹਿਣਾ ਹੈ, ਤਾਂ ਮੈਨੂੰ ਕੀ ਚਾਹੀਦਾ? ਤਾਬਿਆਦਾਰੀ, ਬਲਾਈਂਡ ਓਬੀਡੀਅੰਸ। ਕੋਈ ਸ਼ੱਕ ਨਹੀਂ, ਪਿਤਾ ਪਰਮੇਸ਼ਰ ਦੀ ਮੁਕਤੀ ਦੇ ਇਤਿਹਾਸ ਦੇ ਵਿੱਚ ਮਾਂ ਮਰੀਮ ਨੂੰ ਤਾਂ ਮਿਲੀ ਆ, ਇਸ ਲਈ ਤਾਂ ਮਿਲੀ ਆ, ਉਹਦਾ ਅੰਨੇ ਆਗਿਆਕਾਰੀ। ਮੇਰੇ ਪਿਆਰੀਓ, ਜੇਕਰ ਸਾਡੇ ਪਾਪਾ ਮੰਮੀ ਦੇ ਵਿੱਚ ਆਗਿਆਕਾਰੀ ਨਹੀਂ ਹੈ, ਦੋਨੋਂ ਜੀਆਂ ਦੇ ਵਿੱਚ ਉੱਥੇ ਗੜਬੜ ਹੈ, ਪ੍ਰੋਬਲਮ ਸ਼ੁਰੂ ਹੋ ਜਾਂਦੇ। ਪਰਿਵਾਰਕ ਜੀਵਨ ਦੇ ਵਿੱਚ ਜਦੋਂ ਦੋਨੋਂ ਇੰਕਲਾਬ ਦੇ ਰਾਗ ਅਪਣਾਉਂਦੇ, ਇੱਕ ਦੂਜੇ ਨੂੰ ਸਮਝਦੇ ਨਹੀਂ ਹੈ, ਇੱਕ ਦੂਜੇ ਦੇ ਚੁਗਲੀਆਂ ਕੱਢਦੇ ਜਾਂ ਇੱਕ ਦੂਜੇ ਦੇ ਉੱਤੇ ਦੋਸ਼ ਲਾਉਂਦੇ, ਉੱਥੇ ਕੀ ਹੈਗਾ? ਪਰਿਵਾਰ ਹੌਲੀ ਹੌਲੀ, ਪਰਿਵਾਰ ਦਾ ਜੋ ਨੀਂਹ ਜੜਾ ਹੈਗਾ ਉਹ ਕੀ ਹੈਗਾ? ਖਤਮ ਹੋ ਜਾ, ਹੌਲੀ ਹੌਲੀ ਖਤਮ ਹੋ ਜਾਂਦੇ। ਬਲਾਈਂਡ ਓਬੀਡੀਅੰਸ, ਵਿਸ਼ਵਾਸ, ਔਰ ਕਿਹੜੀ ਹੈਗਾ? ਤੀਸਰਾ, ਇੱਕ ਦੋ ਮੈਂ ਕਹਿਣਾ ਹੈ, ਸਾਡੇ ਕੋਲ ਇੰਨਾ ਸਮਾਂ ਨਹੀਂ ਹੈ, ਇੱਕ ਦੋ ਗੁਣ ਮੈਂ ਕਹਿਣਾ ਚਾਹੁੰਦਾ ਹਾਂ। ਦੂਜੇ, ਤੀਸਰਾ ਕੀ? ਪਹਿਲੇ ਮੈਂ ਆਖਿਆ ਹਲੀਮੀ, ਪ੍ਰਫਾਊਂਡ ਹਿਊਮਿਲਿਟੀ। ਦੂਜਾ ਤਾਬਿਆਦਾਰੀ। ਤੀਸਰਾ ਕੀ ਹੋਣਾ ਚਾਹੀਦਾ? ਪਵਿੱਤਰਤਾ। ਮੇਰੇ ਪਿਆਰੀਓ, ਮਾਂ ਮਰੀਮ ਦੇ ਜ਼ਿੰਦਗੀ ਦੇ ਵਿੱਚੋਂ ਸਾਨੂੰ ਇਹ ਸਿੱਖਿਆ ਮਿਲਦਾ ਹੈ, ਪਿਊਰਿਟੀ, ਸਰਪਲਸ ਇੰਪਿਊਰਿਟੀ, ਪਵਿੱਤਰਤਾ, ਪਵਿੱਤਰ ਜੀਵਨ ਮਾਂ ਮਰੀਮ ਵਿਦਾਈ। ਇਸ ਲਈ ਪਿਤਾ ਪਰਮੇਸ਼ਰ ਨੇ ਸੁਰਗ ਦੂਤ ਨੂੰ, ਜਿਬਰਾਇਲ ਦੂਤ ਨੂੰ ਕਲਿਆ, ਜਾਓ ਗਲੀਲ ਦੇ ਪਿੰਡ ਦੇ ਵਿੱਚ, ਨਾਸਰਤ ਨਾਮ ਦੇ ਇੱਕ ਪਿੰਡ ਦੇ ਵਿੱਚ ਜਾਓ, ਉੱਥੇ ਕੁਆਰੀ ਪਵਿੱਤਰ ਜੀਵਨ ਗੁਜ਼ਾਰਦੀ, ਉਹਦੇ ਕੋਲ ਜਾਣਾ, ਉਸ ਨੂੰ ਇਨਵਾਈਟ ਕਰਨਾ, ਉਹਨਾਂ ਨੂੰ ਬੁਲਾਉਣਾ। ਕਦ ਲਈ? ਕਦ ਲਈ ਬੁਲਾਉਣਾ? ਆਪਣੇ ਇਕਲੌਤੇ ਬੇਟੇ ਯੇਸੂ ਦੀ ਮਾਂ ਬਣਨ ਦੇ ਲਈ। ਉਹਦਾ ਜ਼ਿੰਦਗੀ, ਮੇਰੇ ਪਿਆਰੀਓ, ਇਹ ਪਵਿੱਤਰ ਜੀਵਨ ਤੁਹਾਡੇ ਲਈ ਅਤੇ ਮੇਰੇ ਲਈ ਇੱਕ ਮਿਸਾਲ ਹੈ, ਪ੍ਰੇਰਨਾਦਾਇਕ ਜ਼ਿੰਦਗੀ ਮਾਂ ਮਰੀਮ ਨੇ ਵਿਦਾਇਆ। ਅਤੇ ਜਦੋਂ ਤੁਹਾਡੇ ਵਿਅਕਤੀਗਤ ਜੀਵਨ ਦੇ ਵਿੱਚ, ਹਰੇਕ ਵਿਅਕਤੀ ਦੇ ਵਿਅਕਤੀਗਤ ਜੀਵਨ ਦੇ ਵਿੱਚ ਪਵਿੱਤਰਤਾ ਹੈ, ਤਾਂ ਮੇਰੇ ਪਿਆਰੀਓ, ਪਿਤਾ ਪਰਮੇਸ਼ਰ ਸਾਡੇ ਕੋਲ ਵੀ ਸੁਰਗ ਦੂਤ ਨੂੰ ਕੱਲਣਗੇ ਅਤੇ ਆਖਣਗੇ, ਪ੍ਰਣਾਮ ਹੇ ਮਰੀਮ। ਮਰੀਮ ਉਸਤਾਦ ਵਿੱਚ ਮਰੀਮ ਲਿਖਿਆ, ਪਰ ਅੱਜ ਤੁਸੀਂ ਵੀ ਤੁਹਾਡੇ ਨਾਮ ਲਿਖ ਸਕਦਾ, ਪ੍ਰਣਾਮ ਸੂਰਜ, ਪ੍ਰਣਾਮ ਮਰੀਮ, ਕਿਸੇ ਦਾ ਨਾਮ। ਮੇਰੇ ਪਿਆਰੀ, ਕਿਉਂ? ਪਿਤਾ ਪਰਮੇਸ਼ਰ ਤੁਹਾਡੇ ਵਿੱਚ ਕੀ ਦੇਖਿਆ? ਪਵਿੱਤਰਤਾ ਦੇਖਿਆ, ਪਵਿੱਤਰ ਜੀਵਨ ਗੁਜ਼ਾਰਨ ਦੇ ਰਾਹ ਹੀ। ਮੇਰੇ ਪਿਆਰੇ ਬੱਚਿਓ, ਸਾਡੇ ਕੋਲ ਸੁਰਗ ਦੂਤ ਆ ਕੇ ਕਹਿਣਗੇ, ਕਿਰਪਾ ਪਾਤਰ, ਪਿਤਾ ਪਰਮੇਸ਼ਰ ਦੀ ਕਿਰਪਾ ਪਾਤਰ, ਹਰੇਕ ਵਿਅਕਤੀ ਨੂੰ ਆਖਣਗੇ, ਇਹ ਸ਼ਬਦ, ਇਹ ਆਵਾਜ਼ ਤੁਹਾਡੇ ਪਰਿਵਾਰ ਦੇ ਵਿੱਚ ਆਉਣਾ ਹੈ, ਤਾਂ ਮੇਰੇ ਪਿਆਰੀਓ, ਅਸੀਂ ਸਾਰੇ ਇੱਕ ਪਵਿੱਤਰ ਜੀਵਨ ਗੁਜ਼ਾਰਨਾ ਹੈ। ਸੋ ਸਭ ਤੋਂ ਪਹਿਲਾਂ ਮੈਂ ਆਖਿਆ ਹਲੀਮੀ, ਦੂਜਾ ਕੀ ਹੈਗਾ? ਤਾਬਿਆਦਾਰੀ, ਤੀਜਾ ਪਵਿੱਤਰਤਾ, ਚੌਥਾ ਕੀ ਹੋ ਸਕਦਾ? ਜਿਹੜਾ ਗੁਣ ਸਾਨੂੰ ਪ੍ਰੇਰਨਾ ਦਿੰਦੇ, ਸਾਨੂੰ ਮਿਸਾਲ ਦੇ ਤੌਰ 'ਤੇ ਮਾਂ ਮਰੀਮ ਦੇ ਜ਼ਿੰਦਗੀ ਦੇ ਵਿੱਚੋਂ ਸਾਨੂੰ ਅਸੀਂ ਸਵੀਕਾਰ ਕਰ ਸਕਦਾ। ਪ੍ਰਾਰਥਨਾ, ਮੈਂਟਲ ਪ੍ਰੇਅਰ, ਮਾਂ ਮਰੀਮ ਦਾ ਪ੍ਰਾਰਥਨਾ, ਉਹ ਪ੍ਰਾਰਥਨਾ ਕਿਤੋਂ? ਵਿਸ਼ਵਾਸ ਦੇ ਵਿੱਚੋਂ ਪੈਦਾ ਹੁੰਦੇ। ਮਾਂ ਮਰੀਮ ਦਾ ਪ੍ਰਾਰਥਨਾ, ਜਦੋਂ ਸੁਰਗ ਦੂਤ ਉੱਥੇ ਪਹੁੰਚਿਆ, ਮਾਂ ਮਰੀਮ ਪ੍ਰਾਰਥਨਾ ਕਰਦੀ ਸੀ। ਮੇਰੇ ਪਿਆਰੀਓ, ਉਹ ਜ਼ਿੰਦਗੀ, ਪਰਿਵਾਰਕ ਜੀਵਨ ਵਿਦਾਉਣ ਵਾਲੇ ਸਾਰਿਆਂ ਲਈ ਅਤੇ ਮੇਰੇ ਲਈ ਅਤੇ ਤੁਹਾਡੇ ਲਈ ਸਮਰਪਿਤ ਜੀਵਨ ਵਿਦਾਉਣ ਵਾਲੇ ਹੋਵੇ ਜਾਂ ਪਰਿਵਾਰਕ ਜੀਵਨ ਵਿਦਾਉਣ ਵਾਲੇ ਹੋਵੇ, ਨੌਜਵਾਨ ਬੱਚੇ ਹੋਵੇ, ਪ੍ਰਾਰਥਨਾ ਦਾ ਜ਼ਿੰਦਗੀ। ਮੇਰੇ ਪਿਆਰੀਓ, ਮਾਂ ਮਰੀਮ ਦਾ ਜੋ ਪ੍ਰਾਰਥਨਾ ਦਾ ਜ਼ਿੰਦਗੀ ਸਾਰੇ ਲਈ ਮਿਸਾਲ ਹੈ। ਜਦੋਂ ਤੁਸੀਂ ਔਰ ਮੈਂ ਇਹ ਜ਼ਿੰਦਗੀ ਅਪਣਾਉਣਗੇ, ਸਾਡੇ ਕੋਲ ਪਿਤਾ ਪਰਮੇਸ਼ਰ ਚੱਲ ਕੇ ਆਉਣਗੇ, ਪ੍ਰਣਾਮ ਸਾਨੂੰ ਆਖਣਗੇ, ਸਾਡਾ ਜ਼ਿੰਦਗੀ ਦੇਖ ਕੇ ਪਿਤਾ ਪਰਮੇਸ਼ਰ ਆਖਣਗੇ, ਪ੍ਰਣਾਮ ਇਹ ਇਲਿਸਬਾ ਜਾਂ ਪ੍ਰਣਾਮ ਮਰੀਮ, ਪ੍ਰਣਾਮ ਮਰਸੀ। ਮੇਰੇ ਪਿਆਰੀਓ, ਮਾਂ ਮਰੀਮ ਦਾ ਵਿਸ਼ਵਾਸ ਦਾ ਜ਼ਿੰਦਗੀ ਤੁਹਾਡੇ ਲਈ ਅਤੇ ਮੇਰੇ ਲਈ ਇੱਕ ਮਿਸਾਲ ਹੈ, ਪ੍ਰੇਰਨਾਦਾਇਕ ਹੈ, ਇਟ ਇਜ਼ ਇਨਸਪਾਇਰਿੰਗ।
ਸੋ ਮੇਰੇ ਪਿਆਰੀਓ ਮਾਂ ਮਰੀਮ ਦਾ ਜ਼ਿੰਦਗੀ ਤੁਹਾਡੇ ਲਈ ਅਤੇ ਮੇਰੇ ਲਈ ਵੀ ਇੱਕ ਮਿਸਾਲ ਹੈ, ਉਦਾਹਰਣ ਹੈ, ਪ੍ਰੇਰਨਾਦਾਇਕ ਹੈ। ਅੱਜ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਮੇਰੇ ਪਿਆਰੀਓ ਮਾਂ ਮਰੀਮ ਦੇ ਬਾਰੇ ਬਹੁਤ ਹੀ ਕੁਛ ਅਸੀਂ ਬੋਲ ਸਕਦਾ, ਉਹਦਾ ਕੁਰਬਾਨੀ ਅਤੇ ਸਹਿਨਸ਼ੀਲ ਦਾ ਅੰਤ ਤੱਕ ਮੇਰੇ ਪਿਆਰੀਓ ਮਾਂ ਮਰੀਮ ਸਹਿਨਸ਼ੀਲ ਦਾ ਆਪਣੇ ਵਿੱਚ ਰੱਖਿਆ। ਜਦੋਂ ਬਾਲਕ ਯੇਸੂ ਨੂੰ ਲੈ ਕੇ ਸ਼ਿਮਿਓਨ ਦੇ ਸਾਹਮਣੇ ਪਹੁੰਚਿਆ, ਸ਼ਿਮਿਓਨ ਨੇ ਕੀ ਆਖਿਆ ਸੀ? ਸ਼ਿਮਿਓਨ ਨੇ ਇੱਕ ਭਵਿੱਖਬਾਣੀ ਕੀਤਾ ਸੀ। ਕਿਹੜਾ ਭਵਿੱਖਬਾਣੀ? ਇਸ ਦਾ ਦੁੱਖ ਤਲਵਾਰ ਦੀ ਤਰ੍ਹਾਂ ਤੇਰੇ ਵਿੰਨ ਦਿਲ ਨੂੰ ਵਿੰਨ ਦੇ ਰਹੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਮੇਰੇ ਪਿਆਰੀਓ ਇਸ ਦਾ ਦੁੱਖ ਦਾ ਮਤਲਬ ਪਿਤਾ ਪ੍ਰਭੂ ਯੇਸੂ ਮਸੀਹ ਦਾ, ਬਾਲਕ ਯੇਸੂ ਦਾ ਦੁੱਖ ਤੁਹਾਡੇ ਦਿਲ ਨੂੰ ਵਿੰਨ ਦੇਵੇਗੀ। ਮੇਰੇ ਪਿਆਰੀਓ ਮਾਂ ਮਰੀਮ ਦਾ ਜ਼ਿੰਦਗੀ, ਕਿਉਂ ਮਾਂ ਮਰੀਮ ਨੂੰ ਅਸੀਂ ਇੰਨਾ ਉੱਚਾ ਪਦਵੀ ਆਪਣੀ ਜ਼ਿੰਦਗੀ ਦੇ ਵਿੱਚ ਦਿੰਦੇ, ਕਲੀਸਿਆ ਦਿੰਦੇ, ਕੈਥੋਲਿਕ ਵਿਸ਼ਵਾਸੀ ਪੈਣਾ ਅਤੇ ਭਰਾਵਾਂ ਇੰਨਾ ਉੱਚਾ ਪਦਵੀ ਮਾਂ ਮਰੀਮ ਨੂੰ ਕਿਉਂ ਦਿੰਦੇ? ਕਿਉਂਕਿ ਉਹਦਾ ਸਹਿਨਸ਼ੀਲਤਾ ਅੰਤ ਤੱਕ। ਮੇਰੇ ਪਿਆਰੀਓ ਮਾਂ ਮਰੀਮ ਦਾ ਜ਼ਿੰਦਗੀ ਕਿੰਨੇ ਦੁੱਖਾਂ, ਕਿੰਨੇ ਪੀੜਾ ਨਾਲ ਭਰਿਆ ਸੀ। ਉਹ ਪੀੜਾ ਉੱਤੇ ਕਦਮ ਹੋ ਗਿਆ ਕਲਵਰੀ ਪਹਾੜ ਤੇ, ਜਦੋਂ ਪ੍ਰਭੂ ਯੇਸੂ ਮਸੀਹ ਦਾ ਅਪਮਾਨ ਕੀਤਾ ਗਿਆ, 33 ਸਾਲ ਦਾ ਨੌਜਵਾਨ ਬੱਚੇ ਦਾ ਅਪਮਾਨ ਕਲਵਰੀ ਉੱਤੇ ਕੀਤਾ ਸੀ। ਇੱਕ ਰਾਤ ਕੋਈ ਵੀ ਕ੍ਰਿਮੀਨਲ ਨੂੰ 4 ਜੱਜਾਂ ਦੇ ਸਾਹਮਣੇ ਪੇਸ਼ ਨਹੀਂ ਕੀਤਾ ਗਿਆ ਸੀ, ਸਿਰਫ ਪ੍ਰਭੂ ਯੇਸੂ ਮਸੀਹ ਨੂੰ 4 ਜੱਜਾਂ ਦੇ ਸਾਹਮਣੇ ਪੇਸ਼ ਕੀਤਾ ਸੀ। ਕਿਹੜੇ ਕਿਹਦੇ ਕੋਲ? ਪਿਲਾਤੁਸ ਦੇ ਕੋਲ ਲੈ ਗਿਆ, ਮਹਾਸਭਾ ਦਾ ਸਾਹਮਣੇ ਪੇਸ਼ ਕੀਤਾ, ਹੇਰੋਦੋਸ ਦੇ ਸਾਹਮਣੇ ਪੇਸ਼ ਕੀਤਾ ਸੀ, ਔਰ ਕਈਫਾਸ ਦੇ ਸਾਹਮਣੇ ਪੇਸ਼ ਕੀਤਾ ਸੀ। ਇੱਕ ਰਾਤ ਦੇ ਵਿੱਚ 4 ਜੱਜਾਂ ਦੇ ਸਾਹਮਣੇ ਪ੍ਰਭੂ ਯੇਸੂ ਮਸੀਹ ਨੂੰ ਪੇਸ਼ ਕੀਤਾ। ਉਸ ਸਮੇਂ ਮਾਂ ਮਰੀਮ ਆਪਣੇ ਦਿਲ ਦੇ ਵਿੱਚ ਉਹ ਯਾਦ ਆ ਗਿਆ ਜੋ ਸ਼ਿਮਿਓਨ ਨਬੀ ਦਾ ਭਵਿੱਖਬਾਣੀ, ਇਸ ਦਾ ਦੁੱਖ ਤੇਰੇ ਦਿਲ ਨੂੰ ਇੱਕ ਤਲਵਾਰ ਦੀ ਤਰ੍ਹਾਂ ਵਿੰਨ ਦੇਵੇਗੀ। ਹਾਲੇਲੂਇਆ, ਹਾਲੇਲੂਇਆ। ਮੇਰਾ ਪਿਆਰੀਓ ਪ੍ਰਭੂ ਯੇਸੂ ਮਸੀਹ ਨੂੰ ਜਦੋਂ ਅਪਮਾਨ ਕੀਤਾ ਗਿਆ, ਉਹ ਮਾਂ ਨੂੰ ਅਪਮਾਨ ਕੀਤਾ ਗਿਆ ਸੀ, ਮਾਂ ਦੇ ਦਿਲ ਵਿੰਨਿਆ ਗਿਆ ਸੀ। ਮੇਰਾ ਪਿਆਰੀਓ ਇਸੇ ਤਰ੍ਹਾਂ ਮਾਂ ਮਰੀਮ ਦੀ ਜ਼ਿੰਦਗੀ, ਹਰੇਕ ਪਰਿਵਾਰ ਜੀਵਨ ਬਿਤਾਉਣ ਵਾਲੇ, ਸਮਰਪਿਤ ਜੀਵਨ ਬਿਤਾਉਣ ਵਾਲਿਆਂ ਦੇ ਲਈ ਇੱਕ ਮਿਸਾਲ ਹੈ, ਇੱਕ ਪ੍ਰੇਰਨਾਦਾਇਕ ਹੈ। ਇਸ ਲਈ ਮੇਰੇ ਪਿਆਰੀਓ ਅੱਜ ਦੇ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਅਸੀਂ ਪ੍ਰਾਰਥਨਾ ਕਰੀਏ, ਮਾਂ ਮਰੀਮ ਸਾਨੂੰ ਵੀ ਸ਼ਕਤੀ ਦੇ, ਸਾਡੇ ਲਈ ਸਿਫਾਰਿਸ਼ ਕਰ ਤੁਹਾਡੇ ਪਿਆਰੇ ਬੇਟੇ ਯੇਸੂ ਦੇ ਅੱਗੇ, ਤਾਂ ਜੋ ਅਸੀਂ ਵੀ ਆਪਣੇ ਪਰਿਵਾਰ ਜ਼ਿੰਦਗੀ ਦੇ ਵਿੱਚ ਇਹ ਸਾਰੇ ਗੁਣਾਂ ਨੂੰ ਅਪਣਾ ਕੇ ਇੱਕ ਨੇਕ ਜੀਵਨ ਗੁਜ਼ਾਰ ਸਕਣਗੇ। ਬਾਪ ਬੇਟਾ ਅਤੇ ਰੂਹ ਪਾਕ ਦੇ ਨਾਮ 'ਤੇ ਆਓ ਅਸੀਂ ਸਾਰੇ ਖੜ੍ਹੇ ਹੋ ਜਾਈਏ। ਇੱਕ ਪਲ ਅਸੀਂ ਹੱਥ ਜੋੜ ਕੇ ਆਪਣੇ ਅੱਖਾਂ ਨੂੰ ਮਿਟ ਕੇ ਪ੍ਰਾਰਥਨਾ ਕਰੀਏ। ਪਿਆਰੇ ਪਿੰਡ ਉੱਥੇ ਭਰਾਵੋ, ਬਹੁਤ ਸਾਰੀਆਂ ਲੋੜਾਂ ਅਤੇ ਜ਼ਰੂਰਤਾਂ ਨੂੰ ਲੈ ਕੇ ਤੁਸੀਂ ਅੱਜ ਮਾਂ ਮਰੀਮ ਦੇ ਇਸ ਪਵਿੱਤਰ ਤੀਰਥ ਸਥਾਨ ਦੇ ਵਿੱਚ ਪਹੁੰਚਿਆ। ਮਾਂ ਮਰੀਮ ਦੇ ਬੇਟਾ ਯੇਸੂ ਦੇ ਅੱਗੇ ਅਸੀਂ ਆਪਣੇ ਦੁੱਖਾਂ ਨੂੰ, ਆਪਣੇ ਪਰੇਸ਼ਾਨੀਆਂ, ਆਪਣੇ ਬਿਮਾਰੀਆਂ ਨੂੰ ਸਮਰਪਿਤ ਕਰੀਏ। ਸਾਡੇ ਜ਼ਿੰਦਗੀ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਆਏਗਾ, ਕਲੇਸ਼ ਅਤੇ ਕਸ਼ਟ ਹੈ, ਦੁੱਖ ਸੰਕਟ ਹੈ, ਉਹ ਸਭ ਨੂੰ ਅਸੀਂ ਮਾਂ ਮਰੀਮ ਦੇ ਪਵਿੱਤਰ ਚਰਨਾਂ ਦੇ ਵਿੱਚ ਸਮਰਪਿਤ ਕਰੀਏ। ਸਿਫਾਰਿਸ਼ ਮੰਗੀਏ ਆਪਣੇ ਪਾਰਿਸ਼ ਦੇ ਲਈ, ਪਾਰਿਸ਼ ਦੇ ਪਾਰਿਸ਼ ਪ੍ਰਿਸ਼ ਫਾਦਰ ਮਾਈਕਲ ਦੇ ਲਈ, ਪਾਰਿਸ਼ ਕਮੇਟੀ ਦੇ ਲਈ ਅਤੇ ਮਰੀਮ ਸੈਨਾ ਦੇ ਲਈ, ਨੌਜਵਾਨ ਬੱਚਿਆਂ ਦੇ ਲਈ ਅਤੇ ਇੱਥੇ ਸੇਵਾ ਕਰਨ ਵਾਲੇ ਸਾਰੇ ਭੈਣਾਂ ਅਤੇ ਭਰਾਵਾਂ ਦੇ ਲਈ, ਆਪਣੇ ਮੇਲੇ ਦੇ ਲਈ ਅਸੀਂ ਪ੍ਰਾਰਥਨਾ ਕਰੀਏ। ਜਿੰਨਾ ਵੀ ਫਾਦਰਾਂ ਸਿਸਟਰਾਂ ਇਸ ਮੇਲੇ ਦੇ ਵਿੱਚ ਸੇਵਾ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਅਸੀਂ ਯਾਦ ਕਰੀਏ, ਪ੍ਰਾਰਥਨਾ ਕਰੀਏ। ਖਾਸ ਤੌਰ 'ਤੇ ਅੱਜ ਦੇ ਦਿਨ ਜੋ ਲੋਕ ਇਹ ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਮਦਦ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਸਮਰਪਿਤ ਕਰੀਏ ਅਤੇ ਆਖੀਏ, ਹੇ ਪ੍ਰਭੂ ਸਾਡੀ ਦੁਆ ਸੁਣ, ਹੇ ਪ੍ਰਭੂ ਸਾਡੀ ਦੁਆ ਸੁਣ। ਹੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਵਿਸ਼ਵ ਵਿਆਪੀ ਕਲੀਸਿਆ ਦੇ ਲਈ, ਔਰ ਵਿਸ਼ਵ ਵਿਆਪੀ ਕਲੀਸਿਆ ਦੀ ਰਹਿਨੁਮਾਈ ਕਰਨ ਵਾਲੇ ਸਾਡੇ ਸੰਤ ਪਾਪਾ ਫ੍ਰਾਂਸਿਸ ਜੀ ਦੇ ਲਈ। ਹੇ ਪ੍ਰਭੂ ਉਹਨਾਂ ਨੂੰ ਚੰਗੀ ਸਿਹਤ ਦਾ ਵਰਦਾਨ ਦਿਓ, ਲੰਮੀ ਉਮਰ ਦਾ ਦਾਨ ਦੇਵੋ, ਤਾਂ ਜੋ ਤੁਹਾਡੀ ਪਵਿੱਤਰ ਆਤਮਾ ਦੀ ਪ੍ਰੇਰਨਾ ਦੇ ਨਾਲ ਉਹ ਪੂਰੀ ਵਿਸ਼ਵ ਵਿਆਪੀ ਕਲੀਸਿਆ ਦੀ
रहनुमाई कर सकन और इस कलीसिया नु तरक्की दे राते चला सकन अनुवचन हे प्रभु साडी दुआ सुन। हे प्रभु असी प्रार्थना करते हाँ अपनी जलंधर डायसिस दे ले और जलंधर डायसिस दे सारे धार्मिक आगुआ दे ले, खास करके असी अपने बिशप साहिबाना दे ले प्रार्थना करते हाँ, सारे फादर साहिबाना दे ले, सिस्टर साहिबाना दे ले, मुनाद भरावां दे ले और कलीसिया दे विच वक वक ढंगा दे नाल सेवा निभाण वाले सारे सेवादारा दे ले। हे पिता खास करके साडे डायसिस नूं तरक्की दे राह वल वधावो तां जो पवित्र आत्मा की प्रेरणा दे नाल साडे डायसिस हमेशा बुलंदियां नूं छुंदी रहे अनुवचन। हे प्रभु साडी दुआ सुन। सारे अपने हाथ जोड़ के अपने व्यक्तिगत जरूरतां नूं समर्पित करिए, जो भी तुहाडे मन दे विच जो इच्छा है वो इच्छा नूं समर्पित करिए। प्यारी मां मरियम इत्थे आए हुए सारे संगत दे लई सिफारिश करना अपने प्यारे बेटे येसु दे अगे, येसु अपने पवित्र दे अगे वधा के इत्थे आए हुए सारे संगत नूं आशीर्वाद दे। असीं सारे मिल के आके सलामे मरियम फसल नाल भरी हुई खुदावंद दे नाल है, तू औरतां विचों धन है नाले धन है तेरी कुख दा फल येसु। हे हजरत मरियम खुदा दी मां असा गुनाहगार लई दुआ कर हुण ते साडी मौत दे वेले आमीन। तन सब है तेरा करो कबूल चढ़ावा मेरा, जो कुछ मेरा सब है तेरा करो कबूल चढ़ावा मेरा। तन मन ते तन सब है तेरा करो कबूल चढ़ावा मेरा, जो कुछ मेरा सब है तेरा करो कबूल चढ़ावा मेरा। सब तेरा है दान हर वेले दिल विच रब तेरा है नाम, मालिक तू मेरा खालिक तू मेरा मेरे लिए सब कुछ बस तेरी है शान। तन मन ते तन सब है तेरा करो कबूल चढ़ावा मेरा, जो कुछ मेरा सब है तेरा करो कबूल चढ़ावा मेरा। नाल मैं तेरे कोले आमा रोटी ते दाग रस तेनू मैं चढ़ावा, तेरे कोले आके मुक्ति मैं पाके तेरे ही गीत मैं नित दिन गावा। तन मन ते तन सब है तेरा करो कबूल चढ़ावा मेरा, जो कुछ मेरा सब है तेरा करो कबूल चढ़ावा मेरा। तन मन ते तन सब है तेरा करो कबूल चढ़ावा मेरा, जो कुछ मेरा सब है तेरा करो कबूल चढ़ावा मेरा। तन मन ते तन सब है तेरा करो कबूल चढ़ावा मेरा, जो कुछ मेरा
सब है तेरा करो कबूल चढ़ावा मेरा नाल मैं तेरे को ले आवा रोटी दे दागरस तेनू मैं चढ़ावा तेरे को ले आके मुक्ति मैं पाके तेरे ही गीत मैं नित दिन गावा तन मन ते तन सब है तेरा करो कबूल चढ़ावा मेरा जो कुछ मेरा सब है तेरा करो कबूल चढ़ावा मेरा प्राओ ते प्रणु प्रार्थना करो कि मेरे ते तुहाडी कुर्बानी पूरी कुदरत वाले खुदा बाप नूं कबूल होवे प्रभु इस कुर्बानी नूं तुहाडे हथां दे विचों अपने नाम की स्तुति नाले साडे ते सारे पाक कलीसिया दे भले लई कबूल करे ए खुदा साडे बाप तेरे बेटे दी मां मरियम दा त्योहार मनाउंदे होए असी वडियाई दी कुर्बानी तेनु चढ़ाउंदे हां साडे निम्र चढ़ावे दे बदले नजात दे पैदा एक जिंदा अते ताजा एहसास सानू तोहफे विच दे दियो असी दुआ मंगदे हां अपने प्रभु यीशु मसीह दे राही आमीन प्रभु तुहाडे नाल होवे अते तुहाडी रूह नाल भी होवे तुसी अपने दिल प्रभु वल लगावो असी अपना दिल प्रभु वल लगांदे हां असी अपने प्रभु खुदा दा धन्नवाद करिए ये सही अते योग है ए प्रभु पवित्र बाप पूरी कुदरत वाले ते खाल खुदा ये सचमुच सही अते योग है मुक्ति पाउण दा राह है असी हर वेले ते हर ताम यीशु मसीह अपने प्रभु दे राही तेरा धन्नवाद करिए तेरी वडियाई करदे होए तेन तन आखदे हां मरियम कुवारी रहिंदियां ही रूह पाक नाल गर्भवती होके तेरे इकलौते बेटे की मां बनी अते दुनिया के सदी विचानन साडे प्रभु यीशु मसीह नूं जन्म दिता इसलिए फरिश्तियां अते महा फरिश्तियां अते सारे सुरग लश्करां नाल मिलके असि तेरी महिमा दे गीत गाते हुए ये ऐलान करते हाँ के खुदा बंसदा खुदा बंसदा लश्कराना खुदा बंसदा लश्कराना खुदा जमीन आसमान तेरी वडियाया नाले परे आले उच्चिया बिचो सना जमीन आसमान तेरी वडियाया नाले परे आले उच्चिया बिचो हो सना हो सना हो सना हो सना हो सना हो सना पाक 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 के खुदा बंसदा खुदा बंसदा लश्कराना खुदा बंसदा लश्कराना खुदा उच्चिया बिचो सना ओ तने है खुदा वंदना दे ते जो आता है उच्चिया बिचो ओ सना ओ सना ओ सना ओ सना ओ सना
ਹੋਸਨਾ ਹੋਸਨਾ ਪਾਕ 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 ਹੈ ਖੁਦਾਵੰਦ ਸਦਾ ਪਾਕ 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 ਹੈ ਖੁਦਾਵੰਦ ਸਦਾ ਖੁਦਾਵੰਦ ਸਦਾ ਲਸ਼ਕਰਾਂ ਦਾ ਖੁਦਾ ਖੁਦਾਵੰਦ ਸਦਾ ਲਸ਼ਕਰਾਂ ਦਾ ਖੁਦਾ ਕੁਰਬਾਨੀ ਦਾ ਖਾਸ ਸਮਾਂ ਹੈ ਉਹ ਸੇ ਸਾਰੇ ਗੋਡੇ ਟੇਕੀ ਇਸ ਰੋਟੀ ਦੇ ਦਾਖਰਸ ਦੇ ਨਾਲ ਅਸੀਂ ਆਪਣੇ ਜ਼ਰੂਰਤਾਂ ਨੂੰ ਸਮਰਪਿਤ ਕਰੀਏ ਆਪਣੇ ਪਰਿਵਾਰ ਨੂੰ ਸਮਰਪਿਤ ਕਰੀਏ ਖਾਸ ਤੌਰ 'ਤੇ ਮੁਕੇਸ਼ ਸੋਨੀ ਅਤੇ ਉਹਨਾਂ ਦੇ ਪਰਿਵਾਰ ਰੂਪਿਕਾ ਅਤੇ CMC ਜਮਾਤ ਦੇ ਸਿਸਟਰਾਂ ਜੋ ਦੀਨਾ ਪੈਰਿਸ਼ ਦੇ ਵਿੱਚ ਸੇਵਾ ਕਰ ਰਹੇ ਨੇ ਉਹਨਾਂ ਦੇ ਲਈ ਵੀ ਅਸੀਂ ਦੁਆ ਮੰਗੀਏ ਇਹ ਪ੍ਰਭੂ ਤੋਂ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਉਸੇ ਤਰ੍ਹਾਂ ਤੂੰ ਆਪਣੇ ਰੂਪ ਆਖ ਨੂੰ ਪੇਚ ਕੇ ਨਾ ਨਜ਼ਰਾਨੀਆਂ ਨੂੰ ਪਵਿੱਤਰ ਕਰ ਤਾਂ ਜੋ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ ਉਸਨੇ ਆਪਣੇ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦੀਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ ਹੇ ਮੇਰੇ ਪ੍ਰਭੂ ਹੇ ਮੇਰੇ ਪਰਮੇਸ਼ਵਰ ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ ਕਿਉਂ ਜੋ ਮੇਰੇ ਲਖੂ ਦਾ ਪਿਆਲਾ ਹੈ ਨਵੇਂ ਅਤੇ ਸਦੀ ਵੀ ਨਿੰਮ ਦਾ ਲਖੂ ਜੋ ਤੁਹਾਡੇ ਅਤੇ ਬਹੁਤੀਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਗਾਇਆ ਜਾਵੇਗਾ ਮੇਰੀ ਯਾਦ ਵਿੱਚ ਇਹ ਕਰਿਆ ਕਰੋ ਹੇ ਮੇਰੇ ਪ੍ਰਭੂ ਹੇ ਮੇਰੇ ਪਰਮੇਸ਼ਵਰ ਇਮਾਨ ਦਾ ਪੇਰ ਹੇ ਪ੍ਰਭੂ ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ ਹੇ ਪ੍ਰਭੂ ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਗਰਾਇਆ ਕਿ ਅਸੀਂ ਤੇਰੇ ਅਜੂਰ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਖੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਪ ਪਾਕ ਤੇ ਰਾਗੀ ਏਕਤਾ ਵਿੱਚ ਬਣੇ ਰਹੀਏ ਹੇ ਪ੍ਰਭੂ ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲਿਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰੈਂਡਸ ਸਾਡੇ ਬਿਸ਼ਪ ਫ੍ਰੈਂਕੋ ਅਤੇ ਅਗਨਲੇ ਨੂੰ ਅਤੇ ਸਾਰੇ ਪ੍ਰੋਗਤਾ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੜਨ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮੁੜ ਗਏ ਹਨ ਜਿਨ੍ਹਾਂ ਦਾ ਤੂੰ ਆਪਣੀ ਹਜ਼ੂਰੀ ਚਾਨਣ ਵਿੱਚ ਸਵਾਗਤ ਕਰ ਹੇ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਨੂੰ ਉੱਤੇ ਦਇਆ ਕਰ ਤਾਂ ਜੋ ਤਨੀ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ ਉੱਤੇ ਕੁਆਰੀ ਦੇ ਮੁਬਾਰਕ ਵੋ ਸੰਤ ਯੂਸਫ ਦੇ ਨਾਲ ਧੰਨ ਰਸੂਲ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣਗੇ ਹੱਕਦਾਰ ਬਣ ਜਾਵੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਜ਼ਤ ਕਰਾਂਗੇ
ਉਸਤੇ ਰਾਹੀ ਉਸਤੇ ਨਾਲ ਅਤੇ ਉਸਤੇ ਵਿੱਚ ਹੇ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾਕ ਦੀ ਏਕਦਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੀਕ ਅਸੀਂ ਸਾਰੇ ਮਿਲ ਕੇ ਭਰੋਸੇ ਨਾਲ ਖੁਦਾ ਆਪਣੇ ਬਾਪ ਦੇ ਸਾਹਮਣੇ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈ ਇਹ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ ਤੇਰਾ ਨਾਮ ਪਾਕ ਬਣਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ ਆਮੀਨ ਹੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਵਿੱਚ ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ ਕਿਉਂ ਜੋ ਰਾਜ ਕੁਦਰਤ ਤੇ ਜਲਾਲ ਜੁਗੋ ਜੁਗ ਤੇਰਾ ਹੀ ਹੈ ਹੇ ਪ੍ਰਭੂ ਯਿਸੂ ਮਸੀਹਾ ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੇ ਕਲੀਸੀਆ ਦੀ ਈਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ ਤੂੰ ਜੋ ਜੀਉਂਦਾ ਅਤੇ ਰਾਜ ਕਰਦਾ ਹੈ ਸਦਾ ਤੁਮ ਸਦਾ ਤਿਕ ਆਮੀਨ ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇ ਦੇਖੋ ਖੁਦਾ ਦੇ ਲੇਲਾ ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ ਤਨ ਹਨ ਉਹ ਜਿਹੜੇ ਲੇਲੇ ਦੇ ਪੋਜਲੇ ਸੱਦੇ ਗਏ ਹਨ ਇਹ ਪ੍ਰਭੂ ਮੈਂ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਲਿਆਵੇਂ ਪਰ ਇੱਕ ਹੀ ਸ਼ਬਦ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ ਮਸੀਹ ਦਾ ਬਦਨ ਅਤੇ ਲਹੂ ਸਾਨੂੰ ਸਦੀ ਬਖਸ਼ ਜੀਵਨ ਪ੍ਰਦਾਨ ਕਰੇ ਆਮੀਨ ਤਬਾ ਪਾਕਸ਼ਾਹ ਤਲੈਨ ਤੋਂ ਪਹਿਲਾਂ ਹੈ ਮੁਬਾਰਕ ਮਰੀਅਮ ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਦੇ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ ਸਾਡੇ ਲਈ ਦੁਆ ਤਾਂ ਕਿ ਅਸੀਂ ਵੀ ਤੇਰੇ ਵਾਂਗ ਉਸਨੂੰ ਮੰਨੀਏ ਅਤੇ ਪਿਆਰ ਕਰੀਏ ਹੈ ਸੰਤ ਯੂਸਫ ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾ ਲਿਆ ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ ਆਮੀਨ ਤੇਰਾ
बदने मैं खावा यीशु, तेरे प्याले चो पीवा यीशु, तेरा बदने मैं खावा यीशु, तेरे प्याले चो पीवा यीशु, मेरी जिंदगी दा मालिक है तू, ते तो बारे मैं जावा यीशु, मेरी जिंदगी दा मालिक है तू, ते तो बारे मैं जावा यीशु। अपनी नूं ताजा करां, उहदे विच तेरी शक्ति भरां, रूह अपनी नूं ताजा करां, उहदे विच तेरी शक्ति भरां, तेरा शुक्र करां मैं सदा, हर थाते सुनावा यीशु, तेरा बदने में खावा यीशु, तेरे प्याले चो पीवा यीशु। फिरा ही माफी कीता माफ तू मेरे शाफी, मंगी तेरा फिरा ही माफी कीता माफ तू मेरे शाफी, क्यों ना हर पल ते हर में करी तेरा शुक्र मनावा यीशु, तेरा बदने में खावा यीशु, तेरे प्याले चो पीवा यीशु। सदा वसदा रहां, तेरे बारे में दसदा रहां, तेरे विच सदा वसदा रहां, तेरे बारे में दसदा रहां, मेरे दिल विच आवस तू, तेरे दिल जे मैं आवा यीशु, तेरा बदने में खावा यीशु, तेरे प्याले चो पीवा यीशु, मेरी जिंदगी दा मालिक है तू, ते तो वारी में जावा यीशु, तेरा बदने में खावा यीशु, तेरे प्याले चो पीवा यीशु, मेरी जिंदगी दा मालिक। सचमुच खुदावन प्रभु यीशु पाक शराकत दे रूप विच साडे दिलां विच आए हन, आओ असी अपने दिलों नूं प्रभु दे लई खोल दईए और अपने दिलों तो प्रभु की शुक्रगुजारी करिए। दुआवां पाक शराकत लैण दे पिछों सिजदे दा अमल ऐ इलाही यीशु, जिहड़ा सचमुच मेरे दिल विच आया है, मैं सारे फरिश्तियां अते पाक लोकां नाल तैनूं सिजदा करदा हाँ। तू मेरा खालिक अते मालिक है, सदा तीकर अते सारी जमीन दे कंडियां तीकर,
ਤੇਰੀ ਬਜ਼ੁਰਗੀ ਵਡਿਆਈ ਅਤੇ ਬੰਦਗੀ ਕੀਤੀ ਜਾਵੇ। ਐ ਮਿਹਰਬਾਨ ਯਿਸੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ? ਮੈਂ ਕੱਖ ਤੇ ਮਿੱਟੀ ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ? ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਗਾਵਾਂਗਾ। ਮੈਂ ਆਪਣਾ ਬਦਨ ਅਤੇ ਰੂਹ, ਖਿਆਲਾਂ ਅਤੇ ਦਲੀਲਾਂ, ਗੱਲਾਂ ਅਤੇ ਕੰਮਾਂ, ਖੁਸ਼ੀਆਂ ਅਤੇ ਦੁੱਖਾਂ, ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੇ ਨਜ਼ਰ ਕਰਦਾ ਹਾਂ। ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ ਅਤੇ ਇਹਨੂੰ ਸਭ ਗੁਣਾਈਆਂ ਸ਼ਹਿਨਤਾਂ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਹਨੂੰ ਆਪਣੀ ਮਰਜ਼ੀ ਉੱਤੇ ਚਲਾ। ਮੇਰੀ ਯਾਦ ਨੂੰ ਲੈ ਲੈ ਅਤੇ ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੇ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਹਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੀਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਛ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗਾ। ਆਮੀਨ। ਦੁਆ ਏ ਰੂਹ ਮਸੀਹ ਦੀ, ਮੈਨੂੰ ਪਾਕ ਕਰ। ਏ ਬਦਨ ਮਸੀਹ ਦੇ, ਮੈਨੂੰ ਬਚਾ। ਏ ਰੂਹ ਮਸੀਹ ਦੇ, ਮੈਨੂੰ ਖੁਸ਼ੀ ਨਾ ਰਜ਼ਾ। ਏ ਪਾਣੀ ਮਸੀਹ ਦੀ ਵੱਖੀ ਦੇ, ਮੈਨੂੰ ਧੋ ਦੇ। ਏ ਦੁੱਖ ਮਸੀਹ ਦੇ, ਮੈਨੂੰ ਮਜ਼ਬੂਤ ਕਰ। ਏ ਰਹੀਮ ਯਿਸੂ, ਮਿਹਰਬਾਨੀ ਨਾਲ ਮੇਰੀ ਸੁਣ। ਮੈਨੂੰ ਆਪਣੇ ਆ ਜ਼ਖਮਾਂ ਵਿੱਚ ਛੁਪਾ ਲੈ। ਮੈਨੂੰ ਆਪਣੇ ਕੋਲੋਂ ਵੱਖ ਨਾ ਹੋਣ ਦੇ। ਮੈਨੂੰ ਸ਼ੈਤਾਨ ਵੈਰੀ ਤੋਂ ਬਚਾ ਅਤੇ ਮਰਨ ਦੇ ਵੇਲੇ ਮੈਨੂੰ ਆਪਣੇ ਕੋਲ ਬੁਲਾ। ਮੈਨੂੰ ਆਪਣੇ ਕੋਲ ਆਉਣ ਦਾ ਹੁਕਮ ਦੇ, ਤਾਂ ਜੋ ਮੈਂ ਤੇਰੇ ਪਾਕ ਲੋਕਾਂ ਨਾਲ ਸਦਾ ਤੀਕਰ ਤੇਰੀ ਵਡਿਆਈ ਕਰਦਾ ਰਹਾਂ। ਆਮੀਨ। ਖੁਦਾ ਨੇ ਆਪਣੀ ਦਾਸੀ ਦੀ ਦਿਨ ਦਾ ਉੱਤੇ ਮਿਹਰ ਦੀ ਨਜ਼ਰ ਕੀਤੀ ਹੈ। ਵੇਖ ਹੁਣ ਤੋਂ ਸਭ ਪੀੜ੍ਹੀਆਂ ਮੈਨੂੰ ਤਨ ਕਹਿਣੀਆਂ। ਅਸੀਂ ਪ੍ਰਾਰਥਨਾ ਕਰੀਏ। ਆਓ ਅਸੀਂ ਸਾਰੇ ਖੜ੍ਹੇ ਹੋ ਕੇ ਧੰਨਵਾਦ ਪ੍ਰਿਯ ਦਿਲ ਦੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਭਾਗ ਲਈਏ। ਇਹ ਪ੍ਰਭੂ ਸਾਡੇ ਖੁਦਾ, ਤਨ ਕੁਵਾਰੀ ਮਰੀਮ ਦੀ ਯਾਦ ਮਨਾਉਂਦੇ ਹੋਏ ਤੂੰ ਸਾਨੂੰ ਆਪਣੇ ਅਲਤਾਰ ਤੋਂ ਰਜਾਇਆ ਹੈ। ਬਖਸ਼ ਦੇ ਕਿ ਅਸੀਂ ਸੁਰਗ ਦੇ ਸਦੀ ਵੀ ਪਹੁੰਚ ਵਿੱਚ ਹਿੱਸਾ ਲੈ ਸਕੀਏ, ਜਿਸ ਦੀ ਇੱਕ ਝਲਕ ਤੂੰ ਸਾਨੂੰ ਇਸ ਸਕਰਮਿੰਡ ਵਿੱਚ ਦਿੱਤੀ ਹੈ। ਅਸੀਂ ਇਹ ਦੁਆ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਸਾਂ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਅਰਪਣ ਕੀਤੀ ਗਈ ਪ੍ਰਭੂ ਯਿਸੂ ਨੂੰ ਪਿਆਰ ਕਰਨ ਲਈ ਅਤੇ ਉਸ ਦੀ ਸੇਵਾ ਕਰਨ ਲਈ ਸ਼ਾਂਤੀ ਵਿੱਚ ਜਾਈ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਐ ਨਿਹਾਇਤ ਹੀ ਮਿਹਰਬਾਨ ਕੁਆਰੀ ਮਰੀਮ, ਤੇ ਕਦੇ ਨਹੀਂ ਸੁਣਿਆ ਗਿਆ, ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਤੋਂ ਗੱਲ ਅੱਤ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਇਸ ਸਾਲੀ ਨਾਲ ਮੈਂ ਤੇਰੇ ਕੋਲ ਨਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਗਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਹੈ ਤੇ ਤਾਈ ਹੋਈ ਕਲਾਮ ਦੀ ਮਾਂ, ਮੇਰੀ ਅਰਜ਼ਾ ਨੂੰ ਹਲੇਕ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਏ ਮਹਾਰਾਣੀ ਸ਼ਾਂਤੀ ਦੀ ਸਾਡੇ ਲਈ ਦੁਆ ਕਰ। ਆਰਾਧਨਾ
तेरी आराधना हो, शांति देने वाले तेरी आराधना हो, मेरे प्यारे यीशु तेरी आराधना हो, मेरे प्यारे यीशु तेरी आराधना हो, आराधना आराधना करने वाले तेरी आराधना हो, मेरे प्यारे यीशु तेरी आराधना हो, मेरे प्यारे यीशु तेरी आराधना हो, आराधना हो तेरी आराधना हो, आराधना हो तेरी आराधना हो, मेरे प्यारे यीशु तेरी आराधना हो, मेरे प्यारे तेरी आराधना हो, मेरे प्यारे यीशु तेरी आराधना हो, मेरे प्यारे यीशु तेरी आराधना हो, आराधना हो तेरी आराधना हो, आराधना हो तेरी आराधना हो, मेरे प्यारे यीशु 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 तेरी आराधना हो, ग्रंथियां दे नाम संत पौलुस दा दूसरा पत्र उसका चार बाब 15वीं आयत दे विच परमेश्वर दा वचन ये सब तुहाडे लई है सो जिस तरह परमेश्वर की वडियाई लई तुहाडे मन धन्नवाद नाल भरदे जाणगे उसे तरह परमेश्वर की कृपा वधदी जाएगी हालेलुया 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 सो परमेश्वर के पाक वचन दे विच असीं सुणिया कि जिस तरह साडे मन परमेश्वर दे लई धन्नवाद नाल भरदे जाणगे उस तरह परमेश्वर की दया परमेश्वर की कृपा साडी जिंदगियां विच वधदी जाएगी जेकर असीं परमेश्वर का धन्यवाद नहीं करते तो परमेश्वर की शान दे विच कोई भी घाटा नहीं हुंदा तो जेकर असीं परमेश्वर का धन्यवाद करते हाँ परमेश्वर का शुक्र करते हाँ उसकी शान दे विच कोई वाधा भी नहीं हुंदा क्योंकि वह पहले ही पूरी शान वाला आ पर परमेश्वर के पाक विच सुनिया कि जिस तरह साडे मन परमेश्वर के लिए धन्यवाद नाल भरदे जाणगे उस तरह परमेश्वर की दया परमेश्वर की कृपा साडी जिंदगियां विच वधदी जाएगी अज परमेश्वर की दया दे विच साडे सब बंधन टुट जाने परमेश्वर की दया दे विच साडियां बीमारियां साडियां परेशानियां साडे सारे दुख साडी जिंदगी विच दूर हो जाने हुण समा है कि असी परमेश्वर की दया नूं परमेश्वर की कृपा नूं साडे जीवन विच लिआउण दे लई सब अपने नखां नूं बंद करांगे अपने दोनों हाथ उपर उठावांगे
ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਦੋਨੇ ਹੱਥ ਤੋਂ ਬਿਠਾਵਾਂਗੇ, ਆਪਣੇ ਮੂੰਹਾਂ ਨੂੰ ਪਰਮੇਸ਼ਰ ਲਈ ਖੋਲੀਏ, ਜਿਸ ਤਰ੍ਹਾਂ ਦਾਊਦ ਨੇ ਪ੍ਰਾਰਥਨਾ ਕੀਤੀ, ਹੇ ਪ੍ਰਭੂ ਤੂੰ ਮੇਰੇ ਮੂੰਹ ਨੂੰ ਖੋਲ, ਮੈਂ ਤੇਰੀ ਉਪਾਸਨਾ ਕਰਾਂਗਾ, ਪ੍ਰਭੂ ਤੂੰ ਮੇਰੇ ਮੂੰਹ ਨੂੰ ਖੋਲ, ਮੈਂ ਤੇਰੀ ਬੰਦਗੀ ਕਰਾਂਗਾ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ, ਸਭ ਉੱਚੀ ਆਵਾਜ਼ ਨਾਲ ਪਰਮੇਸ਼ਰ ਦੀ ਵਡਿਆਈ ਕਰੀਏ, ਉੱਚੀ ਆਵਾਜ਼ ਨਾਲ ਪਰਮੇਸ਼ਰ ਦਾ ਧੰਨਵਾਦ ਕਰੀਏ। ਹਾਲੇਲੂਯਾ 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 ਹਾਲੇਲੂਯਾ, ਪ੍ਰਭੂ ਯੇਸ਼ੂ ਤੇਰਾ ਧੰਨਵਾਦ ਕਰਦੇ ਹਾਂ, ਪ੍ਰਭੂ ਯੇਸ਼ੂ ਤੇਰਾ ਧੰਨਵਾਦ ਕਰਦੇ ਹਾਂ, ਪ੍ਰਭੂ ਯੇਸ਼ੂ ਤੇਰਾ ਸ਼ੁਕਰ ਕਰਦੇ, ਤੇਰੀ ਤਾਰੀਫ ਕਰਦੇ, ਤੇਰੀ ਵਡਿਆਈ ਕਰਦੇ, ਮਹਾਨ ਜਿਤਾ ਪਰਮੇਸ਼ਰ, ਅੱਜ ਦੇ ਸਮੇਂ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ, ਅੱਜ ਦੇ ਸਮੇਂ ਲਈ ਤੇਰਾ ਧੰਨਵਾਦ ਕਰਦੇ ਹਾਂ। ਹਾਲੇਲੂਯਾ 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 ਹਾਲੇਲੂਯਾ, ਪ੍ਰਭੂ ਜੀ ਤੁਸੀਂ ਵਾਅਦਾ ਕੀਤਾ ਹੈ ਕਿ ਜਿਸ ਤਰ੍ਹਾਂ ਤੁਹਾਡੇ ਮਨ ਪਰਮੇਸ਼ਰ ਲਈ ਧੰਨਵਾਦ ਨਾਲ ਭਰ ਗਏ, ਪਰਮੇਸ਼ਰ ਦੀ ਕਿਰਪਾ ਵਧੇਗੀ। ਹਾਲੇਲੂਯਾ, ਮਹਾਨ ਜਿਤਾ ਪਰਮੇਸ਼ਰ, ਇੱਕ ਇੱਕ ਤੇ ਦਇਆ ਕਰ, ਇੱਕ ਇੱਕ ਤੇ ਕਿਰਪਾ ਕਰ ਦੇ, ਇੱਕ ਇੱਕ ਤੇ ਰਹਿਮ ਕਰ ਦੇ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ, ਜਿੰਦਾ ਪਰਮੇਸ਼ਰ ਤੇਰਾ ਧੰਨਵਾਦ, ਤੇਰਾ ਸ਼ੁਕਰ, ਤੇਰੀ ਤਾਰੀਫ, ਤੇਰੀ ਵਡਿਆਈ ਕਰਦੇ ਪ੍ਰਭੂ ਜੀ, ਇਸ ਸੰਗਤ ਦੀ ਤੇਰੀ ਵਡਿਆਈ ਕਰਦੇ, ਇਸ ਮੰਡਲੀ ਦੀ ਤੇਰਾ ਧੰਨਵਾਦ ਕਰਦੇ। ਹਾਲੇਲੂਯਾ ਹਾਲੇਲੂਯਾ, ਮਹਾਨ ਜਿਤਾ ਪਰਮੇਸ਼ਰ, ਮਹਾਨ ਜਿਤਾ ਪਰਮੇਸ਼ਰ, ਇੱਕ ਇੱਕ ਤੇ ਦਇਆ ਕਰ, ਇੱਕ ਇੱਕ ਤੇ ਰਹਿਮ ਕਰ ਦੇ, ਇੱਕ ਇੱਕ ਤੇ ਕਿਰਪਾ ਕਰ ਦੇ। ਹਾਲੇਲੂਯਾ ਹਾਲੇਲੂਯਾ, ਜਿੰਦਾ ਪਰਮੇਸ਼ਰ, ਇੱਕ ਇੱਕ ਤੇ ਦਇਆ ਚਾਹੁੰਦੇ ਹਾਂ, ਇੱਕ ਇੱਕ ਦੀ ਜ਼ਿੰਦਗੀ ਵਿੱਚ ਤੇਰੀ ਕਿਰਪਾ ਚਾਹੁੰਦੇ ਹਾਂ, ਇੱਕ ਇੱਕ ਤੇ ਦਇਆ ਕਰ, ਇੱਕ ਇੱਕ ਤੇ ਕਿਰਪਾ ਕਰਦੇ ਪ੍ਰਭੂ ਯੇਸ਼ੂ, ਇੱਕ ਇੱਕ ਤੇ ਰਹਿਮ ਕਰਦੇ ਪ੍ਰਭੂ ਜੀ, ਤੇਰੀ ਦਇਆ ਦੇ ਸਭ ਬਿਮਾਰੀਆਂ ਦੂਰ ਹੋ ਜਾਣ, ਤੇਰੀ ਦਇਆ ਦੇ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ, ਤੇਰੀ ਦਇਆ ਦੇ ਸਾਰੇ ਦੁੱਖ ਦੂਰ ਹੋ ਜਾਣ। ਜਿੰਦਾ ਪਰਮੇਸ਼ਰ, ਇੱਕ ਇੱਕ ਪਰਿਵਾਰ ਨੂੰ ਤੇਰੇ ਪਾਕ ਹੱਥਾਂ ਤੇ ਸੌਂਪਦਾ ਹਾਂ, ਇੱਕ ਇੱਕ ਪਰਿਵਾਰ ਵਿੱਚ ਤੇਰੀ ਦਇਆ ਚਾਹੁੰਦੇ ਹਾਂ, ਇੱਕ ਇੱਕ ਪਰਿਵਾਰ ਵਿੱਚ ਤੇਰੀ ਕਿਰਪਾ ਚਾਹੁੰਦੇ ਪ੍ਰਭੂ ਯੇਸ਼ੂ, ਤੇਰਾ ਧੰਨਵਾਦ 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 ਧੰਨਵਾਦ, ਤੇਰਾ ਸ਼ੁਕਰ, ਤੇਰੀ ਤਾਰੀਫ, ਤੇਰੀ ਵਡਿਆਈ, ਤੇਰੀ ਮਹਿਮਾ ਕਰਦੇ ਹੋ ਪ੍ਰਭੂ ਜੀ, ਤੇਰੀ ਮਹਿਮਾ ਕਰਦੇ ਹੋ ਇਸ ਸੰਗਤ, ਇਸ ਮੰਡਲੀ ਨੂੰ, ਇਹਨਾਂ ਸਾਰੇ ਪਰਿਵਾਰਾਂ ਨੂੰ ਤੇਰੇ ਪਾਕ ਹੱਥਾਂ ਤੇ ਸੌਂਪਦਾ ਹਾਂ ਪ੍ਰਭੂ ਜੀ, ਤੇਰੀ ਦਇਆ ਦੇ ਵਿੱਚ ਸਾਰੀਆਂ ਬਿਮਾਰੀਆਂ ਦੂਰ, ਤੇਰੀ ਦਇਆ ਵਿੱਚ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਗਈਆਂ, ਤੇਰੀ ਦਇਆ ਵਿੱਚ ਸਾਰੇ ਦੁੱਖ ਦੂਰ ਹੋ ਗਏ ਪ੍ਰਭੂ ਯੇਸ਼ੂ, ਪ੍ਰਭੂ ਯੇਸ਼ੂ ਦਇਆ ਕਰ, ਪ੍ਰਭੂ ਯੇਸ਼ੂ ਦਇਆ ਕਰ, ਪ੍ਰਭੂ ਯੇਸ਼ੂ ਰਹਿਮ ਕਰ, ਪ੍ਰਭੂ ਯੇਸ਼ੂ ਕਿਰਪਾ ਕਰ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ, ਪ੍ਰਭੂ ਯੇਸ਼ੂ ਤੇਰੀ ਦਇਆ, ਤੇਰੀ ਕਿਰਪਾ ਲਈ ਪ੍ਰਾਰਥਨਾ ਕਰਦੇ ਹਾਂ, ਤੇਰੀ ਦਇਆ ਕਿਰਪਾ ਸਦਾ ਸਾਡੀ ਜ਼ਿੰਦਗੀ 'ਚ ਬਣ ਜਾਵੇ, ਤੇਰੀ ਦਇਆ ਵਿੱਚ ਸਭ ਬਿਮਾਰੀਆਂ ਦੂਰ ਹੋ ਜਾਣ, ਤੇਰੀ ਦਇਆ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ, ਤੇਰੀ ਦਇਆ ਵਿੱਚ ਸਾਰੇ ਦੁੱਖ ਦੂਰ ਜਾਣ। ਹਾਲੇਲੂਯਾ 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 ਹਾਲੇਲੂਯਾ। ਅਸੀਂ ਪ੍ਰਭੂ ਦੀ ਮਹਿਮਾ ਦੇ ਲਈ ਇੱਕ ਹੋਰ ਭਜਨ ਗਾਵਾਂਗੇ। ਫੜ ਲੀ ਫੜ ਲੀ ਯਿਸੂ ਨੇ ਮੇਰੀ ਬਾਂਹ ਫੜ ਲੀ, ਸੁੱਤੀ ਉਮੀਦ ਜਾਗ ਜਾਗ ਪਈ, ਯਿਸੂ ਨੇ ਮੇਰੀ ਬਾਂਹ ਫੜ ਲਈ, ਬਾਂਹ ਫੜ ਲਈ ਫੜ ਲਈ, ਯਿਸੂ ਨੇ ਮੇਰੀ ਬਾਂਹ ਫੜ ਲਈ, ਬਾਂਹ ਫੜ ਲਈ ਫੜ ਲਈ, ਯਿਸੂ ਨੇ ਮੇਰੀ ਬਾਂਹ ਫੜ ਲਈ। ਹੁਣ ਤਾੜੀ ਵੀ ਜਾ ਕੇ, ਤਾੜੀ ਵੀ ਜਾ ਕੇ ਪਰਮੇਸ਼ਰ ਦੇ ਲਈ ਭੇਜ ਗਈ। ਬੇਸਹਾਰਿਆਂ ਨੂੰ ਗਲ ਨਾਲ ਲਾ ਕੇ, ਦੁਖੀ ਬੇਸਹਾਰਿਆਂ ਨੂੰ ਗਲ ਨਾਲ ਲਾ ਕੇ, ਦੁਖੀ ਬੇਸਹਾਰਿਆਂ ਨੂੰ ਗਲ ਨਾਲ ਲਾ ਕੇ, ਯਿਸੂ ਵਾਂਗੂ ਕੋਈ ਵੀ ਨਾ ਰੱਖੇ ਸੀਨੇ ਲਾ ਕੇ, ਯਿਸੂ ਵਾਂਗੂ ਕੋਈ ਵੀ ਨਾ ਰੱਖੇ ਸੀਨੇ ਲਾ ਕੇ, ਆਏ ਸਨ ਜਾਗੀ ਉੱਤੇ ਗਈ, ਆਏ ਸਨ ਜਾਗੀ ਉੱਤੇ ਗਈ, ਯਿਸੂ ਨੇ ਮੇਰੀ ਬਾਂਹ ਫੜ ਲਈ, ਫੜ ਲਈ, ਯਿਸੂ ਨੇ ਮੇਰੀ ਬਾਂਹ ਫੜ ਲਈ, ਬਾਂਹ ਫੜ ਲਈ, ਫੜ ਲਈ, ਯਿਸੂ ਨੇ ਮੇਰੀ ਬਾਂਹ ਫੜ ਲਈ, ਸੁੱਤੀ ਉਮੀਦ ਜਾਗ ਪਈ,
ਯਸੂ ਨੇ ਮੇਰੀ ਬਾਹ ਫੜ ਲਈ, ਆ ਫੜ ਲਈ ਫੜ ਲਈ, ਯਸੂ ਨੇ ਮੇਰੀ ਬਾਹ ਫੜ ਲਈ। ਸਭੀ ਥਾੜੀ ਕੇ ਸਾਥ ਮਿਲ ਕੇ ਧਰਤੀ ਨਾਲ ਦਰਦ ਵੰਡਾਉਣ ਵਾਲਾ ਕਿਹੜਾ ਸੀ, ਧਰਤੀ ਨਾਲ ਦਰਦ ਵੰਡਾਉਣ ਵਾਲਾ ਕਿਹੜਾ ਸੀ, ਧਰਤੀ ਨਾਲ ਦਰਦ ਵੰਡਾਉਣ ਵਾਲਾ ਕਿਹੜਾ ਸੀ। ਧਰਤੀ ਨਾਲ ਦਰਦ ਵੰਡਾਉਣ ਵਾਲਾ ਕਿਹੜਾ ਸੀ, ਪਾਪੀ ਸਾ ਗੁਨਾਹ ਚ ਛਡਾਉਣ ਵਾਲਾ ਕਿਹੜਾ ਸੀ, ਪਾਪੀ ਸਾ ਗੁਨਾਹ ਚ ਛਡਾਉਣ ਵਾਲਾ ਕਿਹੜਾ ਸੀ। ਕਿਸੇ ਨਾ ਬਾਤ ਮੇਰੇ ਲਈ, ਕਿਸੇ ਨਾ ਬਾਤ ਮੇਰੀ ਲਈ, ਯਸੂ ਨੇ ਮੇਰੀ ਬਾਹ ਫੜ ਲਈ, ਬਾਹ ਫੜ ਲਈ ਫੜ ਲਈ, ਯਸੂ ਨੇ ਮੇਰੀ ਬਾਹ ਫੜ ਲਈ, ਬਾਹ ਫੜ ਲਈ ਫੜ ਲਈ, ਯਸੂ ਨੇ ਮੇਰੀ ਬਾਹ ਫੜ ਲਈ, ਬਾਹ ਫੜ ਲੇ ਫੜ ਲੇ, ਯਸੂ ਨੇ ਮੇਰੀ ਬਾਹ ਫੜ ਲੇ, ਬਾਹ ਫੜ ਲੇ ਫੜ ਲੇ, ਯਸੂ ਨੇ ਮੇਰੀ ਬਾਹ ਫੜ ਲੇ, ਬਾਹ ਫੜ ਲਈ ਫੜ ਲਈ, ਯਸੂ ਨੇ ਮੇਰੀ ਬਾਹ ਫੜ ਲਈ, ਫੜ ਲੇ ਫੜ ਲੇ, ਯਸੂ ਨੇ ਮੇਰੀ ਬਾਹ ਫੜ ਲੇ, ਬਾਹ ਫੜ ਲੇ ਫੜ ਲੇ, ਯਸੂ ਨੇ ਮੇਰੀ ਬਾਹ ਫੜ ਲੇ, ਬਾਹ ਫੜ ਲੇ ਫੜ ਲੇ। ਮੱਤੀ ਦੀ ਅੰਜੀਲ ਉਸਦਾ 18 ਬਾਪ 19 ਐਤ ਦੇ ਵਿੱਚ ਪਰਮੇਸ਼ੁਰ ਦਾ ਵਚਨ ਹੈ। ਇਸ ਤੋਂ ਅੱਗੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਤੁਸੀਂ ਦੋ ਜਣੇ ਮਿਲ ਕੇ ਅਤੇ ਇੱਕ ਮਨ ਹੋ ਕੇ ਕਿਸੇ ਵੀ ਚੀਜ਼ ਲਈ ਪ੍ਰਾਰਥਨਾ ਕਰੋਗੇ ਤਾਂ ਮੇਰਾ ਪਿਤਾ ਸਵਰਗ ਵਿੱਚ ਉਸੇ ਤਰ੍ਹਾਂ ਕਰ ਦੇਵੇਗਾ। ਹਾਲੇਲੂਇਆ 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 ਹਾਲੇਲੂਇਆ। ਸੋ ਆਈਏ ਸਭ ਆਪਣੇ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਹੱਥਾਂ ਨੂੰ ਫੁਲਾਵਾਂਗੇ। ਅਸੀਂ ਜੋ ਵੀ ਸਾਡੀਆਂ ਲੋੜਾਂ ਹਨ, ਜ਼ਰੂਰਤਾਂ ਹਨ, ਬਿਮਾਰੀਆਂ ਹਨ, ਪਰੇਸ਼ਾਨੀਆਂ ਹਨ, ਉਹਨਾਂ ਸਾਰੀਆਂ ਲੋੜਾਂ, ਜ਼ਰੂਰਤਾਂ, ਬਿਮਾਰੀਆਂ, ਪਰੇਸ਼ਾਨੀਆਂ ਨੂੰ ਅੱਜ ਪ੍ਰਭੂ ਪਾਕ ਅਵਤਾਰ ਦੇ ਸਾਕਰਮੈਂਟ ਵਿੱਚ ਸਾਡੇ ਦਰਮਿਆਨ ਮੌਜੂਦ ਹੈ। ਅਸੀਂ ਆਪਣੇ ਆਪਣੇ ਆਪਣੀ ਜ਼ਬਾਨ ਦੇ ਨਾਲ ਆਪਣੇ ਮੂੰਹਾਂ ਨੂੰ ਖੋਲ੍ਹ ਕੇ ਆਪਣੀਆਂ ਸਾਰੀਆਂ ਲੋੜਾਂ, ਜ਼ਰੂਰਤਾਂ ਦੇ ਲਈ ਸਿੱਧੇ ਹੀ ਪਰਮੇਸ਼ੁਰ ਨਾਲ ਗੱਲਬਾਤ ਕਰਾਂਗੇ, ਪ੍ਰਭੂ ਯਿਸੂ ਨਾਲ ਗੱਲਬਾਤ ਕਰਾਂਗੇ। ਸਾਰੀਆਂ ਲੋੜਾਂ, ਜ਼ਰੂਰਤਾਂ ਨੂੰ ਪ੍ਰਭੂ ਦੀ ਪਾਕ ਹਜ਼ੂਰੀ ਵਿੱਚ ਅਸੀਂ ਸਮਰਪਿਤ ਕਰਾਂਗੇ। ਹਾਲੇਲੂਇਆ। ਸਭ ਉੱਚੀ ਆਵਾਜ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਦੇ ਹੋਏ, ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਅਸੀਂ ਆਪਣੀਆਂ ਸਾਰੀਆਂ ਲੋੜਾਂ, ਜ਼ਰੂਰਤਾਂ ਦੇ ਲਈ ਪ੍ਰਾਰਥਨਾ ਕਰਾਂਗੇ। ਆਤਮਹਾਨ ਸੱਚੇ ਦੇ ਜਿੰਦੇ ਪਰਮੇਸ਼ੁਰ, ਸਵਰਗ ਅਤੇ ਧਰਤੀ ਦੇ ਮਾਲਕ, ਸਾਡੇ ਅਬਦੀ ਅਤੇ ਜਲਾਲੀ ਖੁਦਾ, ਤੇਰੇ ਨਹਾਇਤ ਹੀ ਸ਼ੁਕਰ ਗੁਜ਼ਾਰ ਹਾਂ ਅੱਜ ਦੇ ਸਮੇਂ ਦੇ ਲਈ, ਅੱਜ ਦੀ ਪਵਿੱਤਰ ਸ਼ਾਮ ਦੇ ਲਈ ਕਿ ਤੁਸੀਂ ਆਪਣੇ ਪਵਿੱਤਰ ਭਵਨ ਵਿੱਚ ਆ ਕੇ ਆਪਣੇ ਨਾਮ ਅਤੇ ਉਸ ਦੇ ਉੱਤੇ ਵਡਿਆਈ ਕਰਨ ਦਾ ਵਰਦਾਨ ਬਖਸ਼ਿਆ। ਅਸੀਂ ਤੇਰਾ ਧੰਨਵਾਦ ਕਰਦੇ ਹੋਏ, ਤੇਰਾ ਸ਼ੁਕਰ ਕਰਦੇ ਹੋਏ ਇਸ ਮੰਡਲੀ ਨੂੰ, ਇੱਕ ਸੰਗਤ ਨੂੰ ਤੇਰੇ ਪਾਕ ਹੱਥਾਂ ਵਿੱਚ ਸੌਂਪਦਾ ਹਾਂ। ਮਹਾਨ ਪ੍ਰਭੂ ਯੇਸ਼ੂ, ਇੱਕ ਇੱਕ ਤਾਂ ਆਪਣਾ ਜਲਾਲੀ ਹੱਥ ਵਧਾ ਬਰਕਤ ਦੇ, ਤੇਰੇ ਮਾਰ ਖਾਣ ਤੋਂ ਅਸੀਂ ਨਰੋਏ ਹੋਏ ਹਾਂ, ਤੇਰਾ ਪਵਿੱਤਰ ਖੂਨ ਵਹਾਉਣ ਨਾਲ ਸਾਨੂੰ ਮੁਕਤੀ ਮਿਲੀ ਹੈ ਜਿੰਦਾ ਪਰਮੇਸ਼ੁਰ ਜੀ। ਜੋ ਵੀ ਸਾਡੇ ਵਿੱਚ ਕੋਈ ਦੁਖੀ ਆ, ਜੋ ਬਿਮਾਰ ਆ, ਜੋ ਲਚਾਰ ਆ, ਮਹਾਨ ਜਿੰਦਾ ਪਰਮੇਸ਼ੁਰ ਇੱਕ ਇੱਕ ਤੇ ਆਪਣਾ ਜਲਾਲੀ ਹੱਥ ਵਧਾ ਬਰਕਤ ਦੇ ਮਹਾਨ ਪ੍ਰਭੂ ਯੇਸ਼ੂ, ਤਾਂ ਜੋ ਤੰਦਰੁਸਤ ਹੋ ਕੇ ਤੇਰੇ ਜ਼ਿੰਦਾ ਨਾਮ ਦੀ ਤਾਰੀਫ
ਤਾਰੀਫ ਤੇ ਵਡਿਆਈ ਕਰ ਸਕਣ। ਤੁਸੀਂ ਇਹਨਾਂ ਸਭ ਦੀਆਂ ਲੋੜਾਂ ਜ਼ਰੂਰਤਾਂ ਨੂੰ ਜਾਣਦੇ ਹੋ, ਬਿਮਾਰੀਆਂ ਨੂੰ ਜਾਣਦੇ ਹੋ, ਪਰੇਸ਼ਾਨੀਆਂ ਨੂੰ ਜਾਣਦੇ ਹੋ, ਦੁੱਖਾਂ ਨੂੰ ਜਾਣਦੇ ਹੋ, ਫਿਰ ਵੀ ਤੇਰੀ ਪਾਕ ਬਣ ਦਾ ਫਰਮਾਨ ਆ। ਮੰਗੋਗੇ ਤੁਹਾਨੂੰ ਦਿੱਤਾ ਜਾਏਗਾ, ਲੱਭੋਗੇ ਤੁਹਾਨੂੰ ਮਿਲੇਗਾ, ਖੜਕਾਓਗੇ ਤੁਹਾਡੇ ਲਈ ਖੋਲਿਆ ਜਾਵੇਗਾ। ਮਹਾਨ ਪ੍ਰਭੂ ਜੀ ਸਵਰਗ ਦੇ ਫਾਟਕ ਖੋਲ੍ਹ ਕੇ ਇਹਨਾਂ ਨੂੰ ਆਪਣੀਆਂ ਬਰਕਤਾਂ ਦੇ ਨਾਲ ਮਾਲਾ ਮਾਲ ਕਰ। ਉਹ ਬਰਕਤਾਂ ਜਿਹੜੀਆਂ ਬਾਪ ਅਬਰਾਹਮ, ਇਸਹਾਕ ਅਤੇ ਯਾਕੂਬ ਨੂੰ ਬਖਸ਼ੀਆਂ। ਦਿਆਲੂ ਪਿਤਾ ਪਰਮੇਸ਼ਰ, ਤੇਰੀ ਦਇਆ, ਤੇਰੀ ਕਿਰਪਾ ਸਦਾ ਸਾਡੇ ਜੀਵਨ ਵਿੱਚ ਬਣੀ ਰਹੇ। ਤੇਰੀ ਦਇਆ ਦੇ ਵਿੱਚ ਸਾਡੀਆਂ ਬਿਮਾਰੀਆਂ, ਸਾਡੀਆਂ ਪਰੇਸ਼ਾਨੀਆਂ ਅਤੇ ਸਾਡੇ ਸਾਰੇ ਦੁੱਖ ਦੂਰ ਹੋ ਜਾਣ। ਪ੍ਰਾਰਥਨਾ ਤੇਰੀ ਬਾਰਗਾਹ 'ਚ ਮਕਬੂਲ ਠਹਿਰੇ, ਅਸੀਂ ਮੰਗਦੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ। ਆਮੇਨ। ਹਾਲੇਲੂਇਆ, 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 ਹਾਲੇਲੂਇਆ। ਸਮੇਂ ਦੇ ਲਈ ਯਹੋਵਾ ਪਰਮੇਸ਼ੁਰ ਨੂੰ ਧੰਨਵਾਦ ਦੇਈਏ। ਸਾਰੇ ਮਿਲ ਕੇ ਤਾੜੀ ਦੇ ਨਾਲ ਪ੍ਰਭੂ ਦਾ ਧੰਨਵਾਦ ਕਰੀਏ। ਪਰਮੇਸ਼ੁਰ ਦਾ ਵਚਨ ਦੱਸਦਾ ਹੈ, ਤੂੰ ਜਾਗਦਾ ਹੋਇਆ ਵੀ ਤੂੰ ਸੁੱਤਾ ਹੋਇਆ ਹੈ। ਸੋ ਆਈਏ ਇਸ ਭਜਨ ਦੇ ਵਿੱਚ ਅਸੀਂ ਪ੍ਰਭੂ ਦੀ ਮਹਿਮਾ ਕਰੀਏ, ਪ੍ਰਭੂ ਦੀ ਸਤੁਤੀ ਤੇ ਆਰਾਧਨਾ ਕਰੀਏ। ਜਾਗ ਜਾਗ ਤੈਨੂੰ ਨੀਂਦ ਆਈ, ਯਸੂ ਦਿਲ ਕੁੰਡੀ ਕੜਕਾਈ, ਉੱਠ ਕੇ ਬੋਹਾ ਕੋ ਬਾਹਰ ਆਇਆ ਨੇ, ਚੱਲ ਕੇ ਤੇਰੇ ਕੋਲ ਬਾਹਰ ਆਇਆ ਨੇ, ਚੱਲ ਕੇ ਤੇਰੇ ਕੋਲ ਬਾਹਰ ਆਇਆ ਨੇ, ਚੱਲ ਕੇ ਤੇ ਕੋਲ ਬਹਾਰ ਆਇਆ ਨੇ, ਚੱਲ ਕੇ ਤੇਰੇ ਕੋਲ ਬਹਾਰ ਆਇਆ ਨੇ, ਜਾਗ ਜਾਗ ਤੈਨੂੰ ਨੀਂਦ ਆਈ, ਯਿਸੂ ਦਿਲ ਕੁੰਡੀ ਕੜਕਾਈ, ਜਾਗ ਜਾਗ ਤੈਨੂੰ ਨੀਂਦ ਆਈ, ਯਿਸੂ ਦਿਲ ਕੁੰਡੀ ਕੜਕਾਈ, ਉੱਠ ਕੇ ਬੂਹਾ ਕੋ ਕੇ ਬੂਹਾ ਕੋ ਬਹਾਰ ਆਇਆ ਨੇ, ਚੱਲ ਕੇ ਤੇਰੇ ਕੋ ਬਹਾਰ ਆਇਆ ਨੇ, ਚੱਲ ਕੇ ਤੇਰੇ ਕੋ ਬਹਾਰ ਆਇਆ ਨੇ, ਚੱਲ ਕੇ ਤੇਰੇ ਕੋ ਬਹਾਰ ਆਇਆ ਨੇ, ਜਾਗ ਜਾਗ ਤੈਨੂੰ ਨੀਂਦ ਆਈ, ਦਰਦਾਂ ਵਾਲੇ ਤੇ ਮਾਰ ਵੰਡਾਉਣਾ ਚਾਹੁੰਦਾ ਏ, ਰੂਹ ਦੇ ਖਾਸ ਵਸੀਲੇ ਤੇਰੇ ਅੰਦਰ ਆਉਣਾ ਚਾਹੁੰਦਾ ਏ, ਸੁਣ ਕੇ ਉੱਠਿਆ ਸਦਾ
ਚੱਲ ਸੁਲਾਰਾ ਮੇਰੇ ਪਿਆਰੇ ਭੈਣ ਤੇ ਭਰਾਓ, ਆਦਿ ਵਚਨ ਪ੍ਰਭੂ ਯਿਸੂ ਮਸੀਹ ਸਾਡੇ ਵਿਚਕਾਰ ਹਨ। ਜਦੋਂ ਆਦਿ ਵਚਨ ਸਾਡੇ ਵਿੱਚ ਹਨ, ਅਸੀਂ ਤਾਂ ਕੁਛ ਵੀ ਨਹੀਂ ਜੋ ਇਹਦੇ ਸਾਹਮਣੇ ਬੋਲੀਏ, ਪਰ ਜੋ ਰੂਹ ਪਾਕ ਉਹਨੇ ਸਾਨੂੰ ਬਪਤਿਸਮੇ ਵਿੱਚ ਦਿੱਤਾ ਹੈ, ਉਸ ਸ਼ਕਤੀ ਦਾ ਅਹਿਸਾਸ ਸਾਨੂੰ ਦਿੱਤਾ ਹੈ, ਉਸ ਸ਼ਕਤੀ ਦੇ ਅਨੁਸਾਰ ਅਸੀਂ ਖੁਦਾ ਦਾ ਵਚਨ ਦੂਸਰਿਆਂ ਨੂੰ ਸੁਣਾ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਵਿੱਚ ਅਪਣਾ ਸਕਦੇ ਹਾਂ। ਮਾਂ ਮਰੀਅਮ, ਜਿਸ ਦੇ ਬਾਰੇ ਅੱਜ ਦਾ ਵਿਸ਼ਾ, ਉਹਦਾ ਤਾਂ ਸਾਰੇ ਫਾਦਰਾਂ ਨੇ ਹਰ ਦਿਨ ਕੋਈ ਨਾ ਕੋਈ ਵਿਸ਼ਾ ਲਿਆ ਹੈ, ਅਤੇ ਅੱਜ ਦਾ ਵਿਸ਼ਾ ਹੈ ਮਾਂ ਮਰੀਅਮ ਦੀ ਹਲੀਮੀ। ਮਾਂ ਮਰੀਅਮ ਦੀ ਹਲੀਮੀ, ਖੁਦਾ ਦਾ ਵਚਨ ਦੱਸਦਾ ਹੈ, ਉਹ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਹ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਨੀਵਾਂ ਕੀਤਾ ਜਾਵੇਗਾ। ਹਾਲੇਲੂਇਆ, ਹਾਲੇਲੂਇਆ। ਪਰ ਉਹ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਉੱਚਾ ਕੀਤਾ ਜਾਵੇਗਾ। ਹਾਲੇਲੂਇਆ, ਹਾਲੇਲੂਇਆ। ਮਾਂ ਮਰੀਅਮ ਹਲੀਮੀ ਦੀ ਇੱਕ ਮਿਸਾਲ ਹੈ। ਵਚਨ ਦੇ ਵਿੱਚ
प्रभु यीशु मसीह ने उन्हें धन कहा। मां मरियम जदों वचन ग्रहण किया तो वह उच्ची दे के बोल उठी, हुण तो सब पीढ़ियां मैनू धन कहणगियां। किथे हलीमी तो किथे धन कहणगियां, इहदा संबंध किदां आपस में जुड़ना है उहदे बारे असीं सुनना है, क्योंकि ये गुण साडे विच भी होना चाहिए। संतां दे विच ये गुण बहुत ही भरपूरता दे नाल सी। अज जो साडे सामने सिस्टरां हन, कई जमात दीआं सिस्टरां हन, उहनां दे जिहड़े महान संत सी, जिहड़े महान लोग सी, जिन्हां ने प्रभु यीशु मसीह नूं अपने आप दे विच ग्रहण किया, उहने उह जमात नूं तैयार किया, ते उह लोग बहुत हलीम लोग सन। हालेलुया 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 हालेलुया। मां मरियम ने वचन नूं सुनिया ते उहदे मुताबक चली। हर कोई इंसान जो वचन नूं सुनदा है अते उहदे मुताबक चलदा है, उह प्रभु यीशु मसीह दे सके संबंधियां विचों है, ओ धन है, उस नूं खुदा उच्चा करेगा। हालेलुया हालेलुया। ते मां मरियम ने अपनी जिंदगी दे विच एक मिसाल दित्ती सानू कि किस तरह नीवियां होना। मैं कहना कि जदों किसी दे घर दे विच संतान पैदा होंदी आ, खुशी दे नाल गिरजे विच लै के आउंदा आ कि खुदा ने इस बालक नूं साडे घर विच जन्म दिता, इस बच्ची नूं साडे घर विच जन्म दिता, खुशियां दे नाल लड्डू वंडदा होया वह हैकल दे विच जांदा आ। मां मरियम भी खुशी दे नाल गई, ते जदों उत्थे गई उत्थे जाके बच्चे नूं समर्पित किया, अग्गों वाक निकलिया आ, इस बच्चे दा दुख तेरे दिल नूं तलवार दी तरह विन देवेगा। हालेलुया 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 हालेलुया। वचन नूं सुन लिया ते दिल विच रख लिया, ते ओ वचन कदों पूरा होया सी, जदों प्रभु यीशु मसीह सलीब दे उत्ते सी, कि इहदा जवान बच्चा मरदा होवे ते मां दा दिल किस तरीके दे नाल ओ चीरिया जांदा आ, ओ चीरिया गया। उहने खुदा दे वचन नूं सुनिया ते उहदे मुताबक चली। हालेलुया 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 हालेलुया। एक वारी दी गल है, भीड़ दे विचों जदों वचन सुनाया जा रहा सी, प्रभु यीशु मसीह इह ते आदि वचन आ, इहदे सामने कौन। जदों इस आदि वचन ने वचन सुनाया ते एक औरत रूह पाक नाल भर गई, बहुत उहनूं खुशी होई कि हैं इन्ना सोहणा कलाम, इन्ना वधिया कलाम। ते ओह मां ओह बोल उठी, की कहन लगी। लूका दी अंजील 11 बाब 27 ते 28 ऐत दे विच परमेश्वर दा वचन, लूका दी अंजील 11 बाब और 27 28 ऐत दे विच लिखा, भीड़ विचों एक औरत प्रभु यीशु मसीह दी मां दे बारे सिफत करन लगी। की कहन लगी। जदों यीशु ये गल्लां कह रहे सन, प्रचार कर रहे सन, तां भीड़ विचों एक औरत ने पुकार के कहा, भीड़ दे विचों एक औरत ने पुकार के कहा, उच्ची उच्ची पुकार के, धन है वह मां जिसने तेनू जन्म दिता, धन है वह मां जिसने तेनू जन्म दिता। आप कहने ऐ हजरत मरियम खुदा दी मां, उस तो पहलों असं कहने धन है तेरी कुख का फल, धन है तू ते धन है तेरी कुख का फल, धन है वो धन, हुण तो सब पीढ़ियां मैनू धन कहणगियां। उस तरह उस औरत ने कहा कि धन है वह मां जिसने तेनू जन्म दिता, ते ओ मां जिसने तेनू दुध चंगाया। शरीरक मां अगे हुण ये देखिए कि प्रभु यीशु मसीह ने उहदा की जवाब दिता, की हुंगारा भरिया कि एक बीबी ने एक खुशी की गल कही ते प्रभु यीशु मसीह ने उहदे बारे विच की कहा। प्रभु ने की कहा, यीशु ने अगों कहा ये सच है। हालेलुया हालेलुया। ये सच है दा अर्थ है कि हाँ, जो तू क्या आ कि मेरी मां जित तो मैं जन्म लिया वो मां धन है। हालेलुया 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 हालेलुया। उस तो बाद
ਬਾਅਦ ਜਿਹੜੀ ਅਗਲੀ ਐਤ ਆ ਕਈ ਵਾਰੀ ਇਹ ਜਿਹੜੀ ਐਤ ਨੂੰ ਮਰੋੜ ਤਰੋੜ ਕੇ ਵੀ ਦੱਸਿਆ ਜਾਂਦਾ ਹੈ ਪਰ ਉਹ ਐਤ ਤੁਸੀਂ ਸੁਣੋ ਕਿ ਉਹ ਪ੍ਰਭੂ ਯਿਸੂ ਮਸੀਹ ਕਹਿੰਦੇ ਆ ਪਰ ਇਸ ਤੋਂ ਵੀ ਵੱਧ ਪਰ ਉਹ ਲੋਕੀ ਜ਼ਿਆਦਾ ਧਨ ਹਨ ਉਹ ਲੋਕੀ ਜ਼ਿਆਦਾ ਧਨ ਹਨ ਇਹ ਸੁਣਨ 'ਤੇ ਇਹ ਲੱਗਦਾ ਕਿ ਮਾਂ ਮਰੀਅਮ ਤੋਂ ਉਹ ਲੋਕੀ ਜ਼ਿਆਦਾ ਧਨ ਹਨ ਜਿਹੜੇ ਪਰਮੇਸ਼ਰ ਦਾ ਬਚਨ ਸੁਣਦੇ ਅਤੇ ਉਸ ਉੱਤੇ ਚੱਲਦੇ ਹਨ ਹਾਲੇਲੂਇਆ ਹਾਲੇਲੂਇਆ ਉਹਨੇ ਇਹ ਨਹੀਂ ਕਿਹਾ ਕਿ ਉਹ ਲੋਕੀ ਮਾਂ ਮਰੀਅਮ ਤੋਂ ਜ਼ਿਆਦਾ ਧਨ ਆ ਉਹਨੇ ਕਿਹਾ ਕਿ ਉਹ ਲੋਕੀ ਜ਼ਿਆਦਾ ਧਨ ਹਨ ਸਰੀਰਕ ਰਿਸ਼ਤਿਆਂ ਤੋਂ ਸਰੀਰਕ ਕਿਉਂਕਿ ਉਹ ਮੇਰੀ ਮਾਂ ਆ ਸਰੀਰਕ ਮਾਂ ਆ ਉਹ ਮੇਰੀ ਠੀਕ ਆ ਧਨ ਆ ਇਹ ਸੱਚ ਆ ਪਰ ਉਹ ਜਿਹੜੇ ਰੂਹਾਨੀ ਤੌਰ 'ਤੇ ਸੰਬੰਧ ਬਣਾਉਂਦੇ ਆ ਰੂਹਾਨੀ ਤੌਰ 'ਤੇ ਕਿੱਦਾਂ ਉਹ ਜਿਹੜਾ ਬਚਨ ਨੂੰ ਸੁਣਦਾ ਅਤੇ ਉਹਦੇ ਮੁਤਾਬਕ ਚੱਲਦਾ ਹੈ ਉਹ ਮੇਰੀ ਮਾਂ ਉਹ ਮੇਰੀ ਭੈਣ ਹਾਲੇਲੂਇਆ ਹਾਲੇਲੂਇਆ ਫਿਰ ਇੱਕ ਵਾਰੀ ਸੁਣਾ ਲਿਓ ਬਹੁ ਉਹ ਲੋਕ ਪਰ ਉਹ ਲੋਕੀ ਜ਼ਿਆਦਾ ਧਨ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਉੱਤੇ ਚੱਲਦੇ ਹਨ ਬਚਨ ਨੂੰ ਸੁਣਨਾ ਹੋਰ ਗੱਲ ਆ ਅਤੇ ਉਹਦੇ ਮੁਤਾਬਕ ਚੱਲਣਾ ਉਹ ਹੋਰ ਗੱਲ ਆ ਇਹ ਦੋਨੇ ਚੀਜ਼ਾਂ ਰਹਿਣੀਆਂ ਚਾਹੀਦੀਆਂ ਅਤੇ ਆਪਾਂ ਹੁਣ ਦੇਖੀਏ ਕਿ ਪਹਿਲਾਂ ਇਹ ਕਹਿਣ ਲਈ ਕਿ ਉਹ ਲੋਕ ਮਾਂ ਮਰੀਅਮ ਤੋਂ ਜ਼ਿਆਦਾ ਧਨ ਹੈ ਕਿ ਇਹ ਮਾਂ ਮਰੀਅਮ 'ਤੇ ਲਾਗੂ ਹੁੰਦੀ ਹੈ ਗੱਲ ਵਚਨ ਆਇਆ ਇੱਕ ਕੁਆਰੀ ਕੁੜੀ ਦੇ ਲਈ ਕਿ ਤੂੰ ਇੱਕ ਬਾਲਕ ਨੂੰ ਜਨਮ ਦੇਵੇਂਗੀ ਅਤੇ ਹਰ ਕੁਆਰੀ ਕੁੜੀ ਭਾਵੇਂ ਰਾਬੀ ਵੀ ਆ ਜਾਏ ਅਤੇ ਇਹ ਸਵਾਲ ਤਾਂ ਕਰੂਗੀ ਕਿ ਮੇਰੀ ਸ਼ਾਦੀ ਨਹੀਂ ਹੋਈ ਲੋਕ ਕੀ ਕਹਿਣਗੇ ਲੋਕ ਕੀ ਗੱਲਾਂ ਕਰਨਗੇ ਲੋਕ ਮੈਨੂੰ ਮਿਹਣੇ ਮਾਰਨਗੇ ਵਚਨ ਆ ਗਿਆ ਕਿ ਤੂੰ ਇੱਕ ਬਾਲਕ ਨੂੰ ਜਨਮ ਦੇਵੇਂਗੀ ਸਾਰੀ ਕਹਾਣੀ ਦੱਸਣ ਤੋਂ ਬਾਅਦ ਮਾਂ ਮਰੀਅਮ ਨੇ ਉਸ ਬਚਨ ਨੂੰ ਸੁਣਿਆ ਅਤੇ ਅੰਤ ਵਿੱਚ ਬਾਊ ਜੀ ਉਹ ਕੀ ਕਹਿੰਦੀ ਆ ਮਾਂ ਮਰੀਅਮ ਉਸ ਬਚਨ ਨੂੰ ਸੁਣ ਕੇ ਕੀ ਉਹਦੇ ਮੁਤਾਬਕ ਚੱਲੀ ਜਾਂ ਨਹੀਂ ਚੱਲੀ ਮਰੀਅਮ ਨੇ ਕਿਹਾ ਮੈਂ ਪਰਮੇਸ਼ੁਰ ਦੀ ਦਾਸੀ ਹਾਂ ਜਿਸ ਤਰ੍ਹਾਂ ਤੁਸਾਂ ਨੇ ਕਿਹਾ ਮੇਰੇ ਨਾਲ ਉਸੇ ਤਰ੍ਹਾਂ ਹੋਵੇ ਹਾਲੇਲੂਇਆ ਹਾਲੇਲੂਇਆ ਜੇ ਮੈਂ ਕੁਆਰੀ ਰਹਿ ਕੇ ਉਸ ਸਮੇਂ ਦਾ ਇੱਕ ਕਾਨੂੰਨ ਸੀ ਕਿ ਜੇ ਕੋਈ ਕੁਆਰੀ ਕੁੜੀ ਜਾਂ ਜਨਾਹ ਦੇ ਵਿੱਚ ਫੜੀ ਜਾਂਦੀ ਸੀ ਜਾਂ ਗਲਤ ਤਰੀਕੇ ਦੇ ਨਾਲ ਰਿਸ਼ਤੇ ਵਿੱਚ ਫੜੀ ਜਾਂਦੀ ਸੀ ਉਹਨੂੰ ਲੋਕ ਪੱਥਰ ਮਾਰ ਦਿੰਦੇ ਸੀ ਜੇ ਉਹਨੇ ਵਚਨ ਨੂੰ ਸੁਣ ਲਿਆ ਉਹਨੂੰ ਅੱਗੇ ਇਹ ਵੀ ਨਜ਼ਰ ਆ ਗਿਆ ਕਿ ਜੇ ਇਹ ਵਚਨ ਸੁਣਨ ਦੇ ਨਾਲ ਮੈਂ ਗਰਭਵਤੀ ਹੋ ਗਈ ਬੱਚੇ ਨੂੰ ਜਨਮ ਦਿੱਤਾ ਤਾਂ ਲੋਕਾਂ ਨੇ ਮੈਨੂੰ ਪੁੱਛਣਾ ਮੈਨੂੰ ਸਵਾਲ ਕਰਨੇ ਆ ਮੈਨੂੰ ਪੱਥਰ ਮਾਰਨੇ ਆ ਆਪਣੀ ਮੌਤ ਤੱਕ ਵੀ ਉਹਨੇ ਉਸ ਵਚਨ ਨੂੰ ਨਿਭਾਇਆ ਹਾਲੇਲੂਇਆ ਹਾਲੇਲੂਇਆ ਫਿਰ ਵੀ ਉਹਨੇ ਕਿਹਾ ਜਿਵੇਂ ਤੂੰ ਆਖਿਆ ਤਿਵੇਂ ਮੇਰੇ ਲਈ ਹੋਵੇ ਜੇਕਰ ਮੈਂ ਕੁਆਰੀ ਰਹਿ ਕੇ ਜੇਕਰ ਇਹ ਲੋਕ ਪੱਥਰ ਵੀ ਮੇਰੇ ਮਾਰ ਦੇਣ ਮੈਨੂੰ ਮਾਰ ਵੀ ਦੇਣ ਜਾ ਮੈਂ ਇਸ ਵਚਨ ਨੂੰ ਜਨਮ ਦੇਣਾ ਆ ਆਦਿ ਸ਼ਬਦ ਨੂੰ ਦੇਹਧਾਰੀ ਕਰਨਾ ਆ ਹਾਲੇਲੂਇਆ 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 ਹਲੀਮੀ ਵਚਨ ਨੂੰ ਸੁਣਨਾ ਤੇ ਉਹਦੇ ਮੁਤਾਬਕ ਚੱਲਣਾ ਹੈ ਹੰਕਾਰ ਹਲੀਮੀ ਨਹੀਂ ਹੈ ਉਹ ਜਿਹੜਾ ਵਚਨ ਨੂੰ ਸੁਣਦਾ ਅਤੇ ਉਹਦੇ ਮੁਤਾਬਕ ਚੱਲਦਾ ਹੈ ਉਹ ਮੇਰਾ ਸਕਾ ਸੰਬੰਧੀ ਹਲੀਮੀ ਉਹ ਗੁਣ ਹੈ ਜਿਹੜਾ ਰੱਬ ਨੂੰ ਪਾਉਣ ਦੇ ਲਈ ਅਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਸ ਤੋਂ ਬਿਨਾਂ ਅਸੀਂ ਖੁਦਾ ਨੂੰ ਪਾ ਹੀ ਨਹੀਂ ਸਕਦੇ ਅਤੇ ਮਾਂ ਮਰੀਅਮ ਨੂੰ ਚੁਣਿਆ ਹੀ ਇਸ ਕਰਕੇ ਗਿਆ ਕਿ ਉਹ ਬਹੁਤ ਹੀ ਹਲੀਮ ਸੀ ਉਹਨੇ ਵਚਨ ਨੂੰ ਸੁਣਿਆ ਅਤੇ ਉਹਦੇ ਮੁਤਾਬਕ ਚੱਲੀ ਇਸ ਕਰਕੇ ਦੋ ਤਰੀਕੇ ਨਾਲ ਉਹ ਖੁਦਾ ਦੀ ਮਾਂ ਹੋਈ ਇੱਕ ਤਾਂ ਸਰੀਰਕ ਤੌਰ 'ਤੇ ਕਿਉਂਕਿ ਉਹਨੇ ਜਨਮ ਦਿੱਤਾ ਅਤੇ ਉਸ ਬੱਚੇ ਨੂੰ ਦੁੱਧ ਚੰਗਾਇਆ ਸਾਡਾ ਖਾਣੇ ਦਾ ਇੰਤਜ਼ਾਮ ਖੁਦਾ ਨੇ ਪਹਿਲਾਂ ਕੀਤਾ ਹੋਇਆ ਉਸ ਮਾਂ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਦਾ ਇੰਤਜ਼ਾਮ ਹੋਇਆ ਸੀ ਸਰੀਰਕ ਮਾਂ ਜ਼ਰੂਰ ਹਾਂ ਇਹ ਸੱਚ ਹੈ ਕਿ ਉਹ ਮੇਰੀ ਸਰੀਰਕ ਮਾਂ ਹੈ ਪਰ ਨਾਲ ਨਾਲ ਪ੍ਰਭੂ ਨੇ ਕਿਹਾ ਉਸ ਗੱਲ ਦਾ ਅਰਥ ਨਿਕਲਦਾ ਹੈ ਕਿ ਉਹ ਬੱਚੇ ਨੂੰ ਸੁਣਦੀ ਸੀ ਅਤੇ ਉਹਦੇ ਮੁਤਾਬਕ ਚੱਲਦੀ ਸੀ ਇਸ ਤਰੀਕੇ ਦੇ ਨਾਲ ਉਹ ਮੇਰੀ ਰੂਹਾਨੀ ਮਾਂ ਵੀ ਹੋ ਗਈ ਹਾਲੇਲੂਇਆ ਹਾਲੇਲੂਇਆ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਖੁਦਾ ਦਾ ਸਕਾ ਸੰਬੰਧੀ ਹੈ ਉਹ ਪ੍ਰਭੂ ਦੇ ਨਾਲ ਰਿਸ਼ਤਾ ਜੋੜ ਲੈਂਦਾ ਹੈ ਉਹ ਪ੍ਰਭੂ ਦੇ ਨਾਲ ਹੋ ਜਾਂਦਾ ਹੈ ਉਹ ਪ੍ਰਭੂ ਉਹਨੂੰ ਉੱਚਾ ਚੁੱਕਦਾ ਹੈ ਹਾਲੇਲੂਇਆ ਹਾਲੇਲੂਇਆ ਹੁਣ ਖੁਦਾ ਦਾ ਵਚਨ ਇਹ ਵੀ ਹੈ ਕਿ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਉੱਚਾ ਕੀਤਾ ਜਾਵੇਗਾ ਇੱਕ ਬੱਚੇ ਨੂੰ ਤੁਸੀਂ ਲੱਡੂ ਵੰਡਣ ਆਏ ਗਿਰਜੇ 'ਚ ਲੈ ਕੇ ਅੱਗਿਓਂ ਇਹ ਵਾਕ ਨਿਕਲ ਆਉਂਦਾ ਆ ਕਿ ਤੇਰਾ ਇਸ ਬੱਚੇ ਦਾ
ਦੁੱਖ ਤੇਰੇ ਦਿਲ ਨੂੰ ਤਲਵਾਰ ਦੀ ਤਰ੍ਹਾਂ ਵਿੰਨ ਦੇਵੇਗਾ। ਕਿੰਨਾ ਔਖਾ ਲੱਗਦਾ ਵੀ ਮੈਂ ਤਾਂ ਲੱਡੂ ਵੰਡਣ ਆਈ ਸੀ, ਅੱਗਿਓਂ ਵਾਕ ਆਪ ਰੋਹਤ ਨੇ ਕੱਢ ਦਿੱਤਾ, ਪਰ ਉਹਨੇ ਵਚਨ ਨੂੰ ਸੁਣਿਆ ਤੇ ਉਹਦੇ ਮੁਤਾਬਕ ਚੱਲੀ। ਹਾਲੇਲੂਇਆ 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 ਹਾਲੇਲੂਇਆ। ਉਹ ਸਲੀਬ ਦੇ ਉੱਤੇ ਉਹ ਮਾਂ ਦਾ ਦੁੱਖ ਦੇਖਣ ਵਾਲਾ ਸੀ, ਤਾਂਹੀਓ ਉਹ ਤੁਸੀਂ ਦੇਖਦੇ ਆ ਜਦੋਂ ਉਹ ਪਿਕਚਰ ਆਉਂਦੀ ਆ ਕਿ ਉਹਦੇ ਵਿੱਚ ਯੂਹੰਨਾ ਉਹ ਮਾਂ ਨੂੰ ਸਹਾਰਾ ਦੇ ਰਿਹਾ ਸੀ, ਕਿਉਂਕਿ ਉਹ ਉਸ ਤਲਵਾਰ ਨੂੰ ਆਪਣੇ ਦਿਲ ਦੇ ਵਿੱਚ ਵਿੰਨਿਆ ਹੋਇਆ ਮਹਿਸੂਸ ਕਰ ਰਹੀ ਸੀ। ਫਿਰ ਵੀ ਲਿਖਿਆ ਕਿ ਮਾਂ ਨੇ ਹਰ ਵਚਨ ਨੂੰ ਜੋ ਸੁਣਿਆ ਉਹ ਉਸ 'ਤੇ ਗੌਰ ਕਰਦੀ ਰਹੀ, ਪਰ ਕਦੀ ਵੀ ਬੁੜਬੜਾਈ ਨਹੀਂ। ਇਹ ਹਲੀਮੀ ਦੀ ਨਿਸ਼ਾਨੀ ਹੈ ਜੋ ਮਾਂ ਨੇ ਸਾਨੂੰ ਦਿਖਾਈ ਹੈ, ਅਤੇ ਅੱਜ ਉਹਦਾ ਨਾਮ ਸਾਰੀ ਦੁਨੀਆ ਤੋਂ ਉੱਚਾ, ਸਾਰੀ ਦੁਨੀਆ ਤੋਂ ਉੱਚਾ ਉਹਦਾ ਨਾਮ। ਜਾਓ ਤੁਸੀਂ ਲੁਰਦਸ ਚਲੇ ਜਾਓ, ਕਿਤੇ ਐਂ ਮੰਜੀਆਂ 'ਤੇ ਲੋਕ ਆਉਂਦੇ ਆ, ਮੰਜੀਆਂ ਦੇ ਉੱਤੇ ਆਉਂਦੇ ਆ, ਉਹਨਾਂ ਨੂੰ ਉਹ ਠੀਕ ਹੋ ਕੇ ਤਾਂ ਜਾਂਦੇ ਇਸ਼ਨਾਨ ਕਰਕੇ ਉਸ ਜਗ੍ਹਾ ਦੇ ਵਿੱਚ ਜਿੱਥੇ ਮਾਂ ਮਰੀਅਮ ਜਿਹਨੂੰ ਹਲੀਮ ਜਿਹਨੇ ਕੀਤਾ ਆਪਣੇ ਆਪ ਨੂੰ, ਖੁਦਾ ਨੇ ਉਹਨੂੰ ਇਸ ਤਰੀਕੇ ਨਾਲ ਉੱਚਾ ਕੀਤਾ ਹੈ। ਹਾਲੇਲੂਇਆ ਹਾਲੇਲੂਇਆ। ਉਹ ਸਾਰੇ ਸੰਤਾਂ ਦੀ ਮਾਂ, ਲਿਤਾਨੀਆਂ ਦੇ ਵਿੱਚ ਅਸੀਂ ਕਹਿੰਦੇ ਹਾਂ ਉਹ ਸਾਰੇ ਸੰਤਾਂ ਦੀ ਮਾਂ, ਸਭ ਕੁਆਰੀਆਂ ਦੀ ਕੁਆਰੀ, ਉਹ ਮਹਾਰਾਣੀਆਂ ਦੀ ਮਹਾਰਾਣੀ, ਉਹ ਸਭ ਤੋਂ ਉੱਚੀ। ਕੋਈ ਨਾਮ ਹੈ ਹੀ ਨਹੀਂ ਜਿਹੜਾ ਉਹਦੇ ਤੋਂ ਉੱਚਾ ਹੋਵੇ, ਸਿਰਫ ਪ੍ਰਭੂ ਯਿਸੂ ਮਸੀਹ ਜੋ ਸੰਪੂਰਨ ਖੁਦਾ ਹੈ, ਕਿਉਂਕਿ ਉਹ ਆਦਿ ਸ਼ਬਦ ਹੈ ਅਤੇ ਮਾਂ ਮਰੀਅਮ ਉਸ ਸ਼ਬਦ ਦੀ ਮਾਂ ਹੈ, ਉਹ ਖੁਦਾ ਦੀ ਮਾਂ ਹੈ, ਇਸ ਕਰਕੇ ਉਹਦਾ ਨਾਮ ਖੁਦਾ ਦੀ ਮਾਂ ਕਰਕੇ ਜੁੜ ਗਿਆ। ਇੱਕ ਆਮ ਬਣਾਈ ਹੋਈ ਜੋ ਰਚਨਾ ਹੈ ਉਹ ਖੁਦਾ ਦੀ ਮਾਂ ਬਣ ਗਈ। ਹਾਲੇਲੂਇਆ 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 ਹਾਲੇਲੂਇਆ। ਪਿਆਰੇ ਉਹ ਪ੍ਰਭੂ ਯਿਸੂ ਮਸੀਹ ਇੱਥੇ ਹਨ ਹਾਜ਼ਰ। ਅੱਜ ਅਸੀਂ ਮਾਂ ਮਰੀਅਮ ਦੀ ਇਸ ਹਲੀਮੀ ਨੂੰ ਆਪਣੇ ਸਰੀਰ ਦਾ ਅੰਗ ਬਣਾ ਲਈਏ, ਜਿੱਦਾਂ ਪ੍ਰਭੂ ਯਿਸੂ ਮਸੀਹ ਦੇ ਸਰੀਰ ਨੂੰ ਉਹਦੇ ਲਹੂ ਨੂੰ ਅਸੀਂ ਲੈ ਕੇ ਆਪਣਾ ਸਰੀਰ ਬਣਾ ਲਿਆ, ਪ੍ਰਭੂ ਦਾ ਫਜ਼ਲ ਸਾਨੂੰ ਮਿਲਿਆ, ਉਸੇ ਤਰ੍ਹਾਂ ਮਾਂ ਮਰੀਅਮ ਦੇ ਇਸ ਹਲੀਮੀ ਦੇ ਗੁਣ ਨੂੰ ਅੱਜ ਇੱਥੇ ਮਾਂ ਮਰੀਅਮ ਦੇ ਤਿਉਹਾਰ ਦੇ ਮੌਕੇ 'ਤੇ, ਨਵੀਨਿਆਂ ਦੇ ਮੌਕੇ 'ਤੇ ਮੰਗੀਏ ਕਿ ਮਾਂ ਮਰੀਅਮ ਸਾਨੂੰ ਵੀ ਆਪਣੇ ਵਰਗੀ ਹਲੀਮੀ ਦੇ। ਕਈ ਵਾਰ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ, ਘਰਾਂ ਦੇ ਵਿੱਚ ਹੀ ਅਸੀਂ ਕਦੀ ਹੰਕਾਰ ਵਿੱਚ ਇੱਦਾਂ ਆ ਜਾਂਦੇ ਕਿ ਸਾਡੇ ਦੇ ਰਿਸ਼ਤੇ ਹੀ ਟੁੱਟ ਜਾਂਦੇ ਆ, ਘਮੰਡ ਸਾਡੇ ਵਿੱਚ ਇੰਨਾ ਆ ਜਾਂਦਾ ਕਿ ਸਾਡਾ ਕਮਿਊਨਿਟੀ ਲਾਈਫ ਦੇ ਵਿੱਚ ਸਾਡਾ ਦਿਲ ਨਹੀਂ ਲੱਗਦਾ, ਪਰਿਵਾਰ 'ਚ ਸਾਡਾ ਦਿਲ ਨਹੀਂ ਲੱਗਦਾ, ਅਸੰਗਤ ਦੇ ਵਿੱਚ ਸਾਡਾ ਦਿਲ ਨਹੀਂ ਲੱਗਦਾ, ਕਿਉਂਕਿ ਅਸੀਂ ਹੰਕਾਰ ਹੀ ਬੈਠੇ ਹਾਂ, ਅਸੀਂ ਆਪਣੇ ਆਪ 'ਤੇ ਘਮੰਡ ਕਰੀ ਬੈਠੇ ਹਾਂ। ਕਾਹਦੇ ਲਈ? ਮਿੱਟੀ ਮਿੱਟੀ ਹਾਂ ਅਸੀਂ, ਕਾਹਦਾ ਅਹੰਕਾਰ? ਰਾਖ ਹੋ ਜਾਣਾ ਸਾਰਿਆਂ ਨੇ, ਮਿੱਟੀ ਹੋ ਜਾਣਾ ਆ। ਇਸ ਕਰਕੇ ਸਾਨੂੰ ਪ੍ਰਭੂ ਦੇ ਗੁਣਾਂ ਨੂੰ, ਮਾਂ ਮਰੀਅਮ ਦੇ ਗੁਣਾਂ ਨੂੰ, ਹਲੀਮੀ ਨੂੰ ਅਪਣਾਉਣਾ ਚਾਹੀਦਾ ਹੈ, ਤਾਂ ਜੋ ਖੁਦਾ ਇੱਕ ਦਿਨ ਸਾਡਾ ਵੀ ਨਾਂ। ਸੰਤ ਦੇਖੋ, ਸੰਤ ਲੋਕਾਂ ਦੇ, ਉਹਨਾਂ ਦੀ ਕੋਈ ਸੰਤ ਲੈ ਲਓ, ਹਰ ਸੰਤਾਂ ਦੀ ਜੀਵਨ ਦੇ ਵਿੱਚ ਹਲੀਮੀ ਇੱਕ ਅਹਿਮ ਗੁਣ ਹੈ, ਅਹਿਮ ਗੁਣ। ਜਿੰਨੇ ਮਰਜ਼ੀ ਮਹਾਨ ਸੰਤ, ਜਿੰਨੇ ਤੋਂ ਵੱਡੇ ਸੰਤ ਹਨ, ਉਹਨਾਂ ਦੇ ਜ਼ਿੰਦਗੀ ਦਾ ਇੱਕ ਅੰਗ ਆ ਹਲੀਮੀ, ਉਹ ਤੋਂ ਬਿਨਾਂ ਉਹ ਸੰਤ ਬਣੇ ਨਹੀਂ। ਤਾਬੇਦਾਰੀ, ਮਾਂ ਮਰੀਅਮ ਨੇ ਸੰਪੂਰਨ ਤੌਰ 'ਤੇ ਤਾਬੇਦਾਰੀ ਕੀਤੀ। ਤਾਬੇਦਾਰੀ ਹੈ ਖੁਦਾ ਦੇ ਵਚਨ ਨੂੰ ਸੁਣਨਾ ਅਤੇ ਉਹਦੇ ਮੁਤਾਬਕ ਚੱਲਣਾ, ਇਹੀ ਤਾਬੇਦਾਰੀ ਹੈ, ਇਹੀ ਮਾਂ ਮਰੀਅਮ ਨੇ ਕੀਤਾ। ਅਤੇ ਅੱਜ ਦੇਖੋ, ਇੱਥੇ ਅਸੀਂ ਵੀ ਜਲੰਧਰ ਇਕੱਠੇ ਹੋਏ ਹਾਂ ਮਾਂ ਮਰੀਅਮ ਦੀ ਸ਼ਾਨ ਵਿੱਚ, ਅਤੇ ਹੁਣ 3 ਤਰੀਕ ਨੂੰ ਜਦੋਂ ਮੇਲਾ ਹੋਣਾ, ਕਿੰਨੀ ਦੁਨੀਆ ਨੇ ਇੱਥੇ ਆਉਣਾ, ਕਈਆਂ ਨੇ ਸਰਤਨਾ ਜਾਣਾ, ਕਈਆਂ ਨੇ ਕਿਤੇ ਜਾਣਾ, ਉਹ ਮਾਂ ਮਰੀਅਮ ਦਾ ਨਾਮ ਸਭ ਨਾਵਾਂ ਤੋਂ ਉੱਚਾ ਹੋ ਗਿਆ। ਉਹਨੂੰ ਉਹਨੇ ਆਪਣੇ ਆਪ ਨੂੰ ਨੀਵਾਂ ਕੀਤਾ ਅਤੇ ਉਹਨੂੰ ਉੱਚਾ ਕੀਤਾ, ਅਤੇ ਅਸੀਂ ਵੀ ਆਪਣੇ ਸਮਾਜ ਦੇ ਵਿੱਚ, ਪਰਿਵਾਰ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਆਪਣੇ ਆਪ ਨੂੰ ਨੀਵਿਆਂ ਕਰੀਏ। ਇਹ ਇੱਕ ਗੁਣ ਹੈ ਜੋ ਮਹਾਨ ਗੁਣ ਆ, ਜੋ ਪ੍ਰਭੂ ਯਿਸੂ ਮਸੀਹ ਨੇ ਸਲੀਬ 'ਤੇ ਦਿਖਾਇਆ, ਆਪਣੇ ਜੀਵਨ 'ਚ ਦਿਖਾਇਆ। ਹਲੀਮ, ਉਹ ਭਾਵੇਂ ਉਹ ਖੁਦਾ ਸੀ, ਪਰ ਫਿਰ ਵੀ ਉਹਨੇ ਆਪਣੇ ਖੁਦਾਈ ਨੂੰ ਖੁਦਾਈ ਨਾ ਸਮਝਿਆ, ਆਪਣੇ ਆਪ ਨੂੰ ਨੀਵਾਂ ਕੀਤਾ, ਆਪਣੇ ਆਪ ਨੂੰ ਖਾਲੀ ਕੀਤਾ, ਇੱਥੋਂ ਤੱਕ ਕਿ ਇੱਕ ਦਾਸ ਦਾ ਰੂਪ ਧਾਰ ਲਿਆ, ਪੈਰ ਧੋਤੇ ਚੇਲਿਆਂ ਦੇ ਦਾਸ ਦਾ ਰੂਪ ਧਾਰ ਲਿਆ। ਉਹ ਖੁਦਾ ਨੇ ਆਪਣੀ ਖੁਦਾਈ ਨੂੰ ਖੁਦਾਈ ਨਾ ਸਮਝਿਆ, ਅਤੇ ਤੁਸੀਂ ਇੱਕ ਇਨਸਾਨ ਮਿੱਟੀ ਨੂੰ ਖੁਦਾ ਸਮਝੀ ਜਾਂਦੇ ਹਾਂ, ਨਹੀਂ ਸਮਝਣਾ। ਜਦੋਂ ਅਸੀਂ ਉਹਦੇ ਵੱਲ ਦੇਖਣਾ, ਫਿਰ ਅਸੀਂ ਦੇਖਣਾ ਕਿ ਇਹਨੇ ਆਪਣੇ ਆਪ ਨੂੰ ਹਲੀਮ ਕੀਤਾ, ਮੇਰੇ ਪ੍ਰਭੂ ਨੇ ਆਪਣੇ ਆਪ ਨੂੰ ਨੀਵਿਆਂ ਕੀਤਾ, ਅਤੇ ਮੈਂ ਤਾਂ ਉਹਦੀ ਰਚਨਾ ਹਾਂ, ਉਹਦਾ ਬਣਾਇਆ ਹੋਇਆ ਇੱਕ ਇਨਸਾਨ ਆ, ਮਿੱਟੀ ਆ, ਮੇਰੀ ਇੰਨੀ ਹਿੰਮਤ ਕਿਉਂ? ਇਹ ਸਾਨੂੰ ਸਹਾਰਾ ਦੇਵੇਗਾ ਪ੍ਰਭੂ ਯਿਸੂ ਮਸੀਹ ਦਾ ਵਚਨ,
ਅਤੇ ਮਾਂ ਮਰੀਅਮ ਦੇ ਗੁਣ ਅਤੇ ਉਹਦੇ ਮਾਂ ਮਰੀਅਮ ਦੇ ਜਿੰਨੇ ਗੁਣ ਹਨ ਉਹਨਾਂ ਵਿੱਚੋਂ ਸਭ ਤੋਂ ਉੱਤਮ ਗੁਣ ਹਲੀਮੀ ਤਾਬੇਦਾਰੀ ਜੋ ਉਹਨੇ ਸੰਪੂਰਨ ਤੌਰ 'ਤੇ ਕੀਤੀ ਅਤੇ ਉਹਦੀ ਤਾਬੇਦਾਰੀ ਨੇ ਅੱਜ ਉਹਨੂੰ ਬਹੁਤ ਉੱਚਾ ਨਾਮ ਦਿੱਤਾ ਅਤੇ ਮੈਂ ਇਹ ਅੱਜ ਦੁਆ ਕਰਦਾ ਹਾਂ ਇਹ ਸਤਸੰਗ ਵਿੱਚ ਪ੍ਰਭੂ ਯਿਸੂ ਮਸੀਹ ਦੇ ਹਜ਼ੂਰ ਵਿੱਚ ਕਿ ਸਾਨੂੰ ਸਾਰਿਆਂ ਨੂੰ ਹਰ ਮਸੀਹੀ ਨੂੰ ਖੁਦਾ ਬਹੁਤ ਸਾਰਾ ਸਿਦਕ ਦੇਵੇ ਹਲੀਮੀ ਦੇ ਕਿਉਂਕਿ ਜਦੋਂ ਅਸੀਂ ਹਲੀਮੀ ਵਿੱਚ ਆ ਗਏ ਬਹੁਤ ਸਾਰੀ ਦੁਨੀਆ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਦੇ ਪੈਰੋਕਾਰ ਬਣਾ ਦੇਣਾ ਸਾਡੇ ਜੀਵਨ ਨੂੰ ਵੇਖ ਵੇਖ ਕੇ ਲੋਕਾਂ ਨੇ ਪ੍ਰਭੂ ਵੱਲ ਲੱਗ ਜਾਣਾ ਇਹੀ ਹੈ ਜੋ ਸਾਡੀ ਸੱਚਾਈ ਹੈ ਇਹਦੇ ਵਿੱਚ ਹੀ ਅਸੀਂ ਸੰਪੂਰਨ ਹੋਣਾ ਆ ਆਓ ਅਸੀਂ ਉਸ ਖੁਦਾ ਦੇ ਕੋਲੋਂ ਬਰਕਤ ਮੰਗੀਏ ਹਲੀਮੀ ਮੰਗਣੀ ਹੈ ਇਹਨੇ ਤੁਹਾਨੂੰ ਬਹੁਤ ਉੱਪਰ ਲੈ ਕੇ ਜਾਣਾ ਤਰੱਕੀ ਰੂਹਾਨੀ ਤਰੱਕੀ ਦੇ ਵਿੱਚ ਸਭ ਤੋਂ ਉੱਤਮ ਗੁਣ ਹੈ ਹਲੀਮੀ ਜੋ ਮਾਂ ਮਰੀਅਮ 'ਚ ਸੀ ਅੱਜ ਅਸੀਂ ਮਾਂ ਮਰੀਅਮ ਦੀ ਸਿਫਾਰਿਸ਼ ਰਾਹੀਂ ਉਹ ਜਿਹਦੇ ਕੋਲ ਹੈ ਉਹ ਦੇ ਸਕਦੀ ਆ ਮਾਂ ਮਰੀਅਮ ਕੋਲ ਹਲੀਮੀ ਭਰਪੂਰਤਾ ਵਿੱਚ ਆ ਹੋਰ ਵੀ ਬਹੁਤ ਸਾਰੇ ਲੋਕ ਗੈਰ ਈਸਾਈ 'ਚ ਉਹ ਮਾਂ ਮਰੀਅਮ ਦੀ ਇੱਜ਼ਤ ਦੇ ਵਿੱਚ ਆ ਕੇ ਤਾਰੀਫ ਦੇ ਗੀਤ ਗਾਉਂਦੇ ਆ ਉਹ ਮਾਂ ਮਰੀਅਮ ਦੀ ਸਿਫਾਰਿਸ਼ ਨੂੰ ਮੰਨਦੇ ਆ ਕਿਉਂਕਿ ਉਹ ਉਹਨੇ ਆਪਣੇ ਆਪ ਨੂੰ ਨੀਵਾਂ ਕੀਤਾ ਸੀ ਉਹੀ ਮਾਂ ਮਰੀਅਮ ਕੋਲ ਸਭ ਤੋਂ ਉੱਤਮ ਗੁਣ ਹਲੀਮੀ ਦਾ ਅੱਜ ਅਸੀਂ ਨਵੀਨੇ ਦੇ ਵਿੱਚ ਲਵਾਂਗੇ ਹਲੇਲੂਇਆ 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 ਤੂਨੇ ਜਨਮ ਦਿਆ ਦੁੱਧ ਆਪਣਾ ਦਿਆ ਯੇਸੂ ਜਨਮ ਦਿਆ ਆਪਣਾ ਦਿਆ ਕੈਸੇ ਭੁੱਲੂ ਮੈਂ ਤੇਰਾ ਮੁਖ ਮਾਂ 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 ਕਿਤਨਾ ਮੀਠਾ ਹੈ ਮਾਂ ਤੇਰਾ ਨਾਮ ਕਿਤਨਾ ਪਿਆਰਾ ਹੈ ਮਾਂ ਤੇਰਾ ਨਾਮ ਕਿਤਨਾ ਮੀਠਾ ਹੈ ਮਾਂ ਤੇਰਾ ਨਾਮ ਕਿਤਨਾ ਪਿਆਰਾ ਹੈ ਮਾਂ ਤੇਰਾ ਨਾਮ ਤੂਨੇ ਜਨਮ ਦਿਆ ਦੁੱਧ ਆਪਣਾ ਦਿਆ ਤੂਨੇ ਜਨਮ ਦਿਆ ਦੁੱਧ ਆਪਣਾ ਦਿਆ ਕੈਸੇ ਭੁੱਲੂ ਮੈਂ ਤੇਰਾ ਮੁਖਾ ਕੋਈ ਪੁੱਛੇ ਮਾਂ ਕਾ ਮੁਕਾਮ ਕਿਆ ਹੈ ਹੰਨਾ ਸੇ ਕੋਈ ਪੁੱਛੇ ਮਮਤਾ ਕਾ ਦਾਮ ਕਿਆ ਹੈ ਹੰਨਾ ਸੇ ਕੋਈ ਪੁੱਛੇ ਮਮਤਾ ਕਾ ਦਾਮ ਕਿਆ ਹੈ ਮੀਠਾ ਹੈ
आराधना स्तुति हो यीशु जी तेरी आराधना स्तुति हो आराधना स्तुति हो यीशु जी तेरी आराधना स्तुति हो आराधना स्तुति हो यीशु जी तेरी आराधना स्तुति हो आराधना स्तुति हो यीशु जी तेरी आराधना स्तुति हो प्यारे यीशु जी तेरी आराधना आराधना तेरी आराधना प्यारे यीशु जी तेरी आराधना आराधना स्तुति हो यीशु जी तेरी आराधना स्तुति हो आराधना स्तुति हो यीशु जी तेरी आराधना स्तुति हो आराधना स्तुति हो यीशु जी तेरी आराधना स्तुति हो आराधना स्तुति हो यीशु जी तेरी आराधना स्तुति हो
ਸਦਾ ਸਹਾਈ ਮਾਂ ਇਹ ਆਦੀ ਪਵਿੱਤਰ ਪੇਦਾਂ ਕੁਵਾਰੀ ਅਤੇ ਸਾੜੀ ਮਾਂ ਮਰੀਅਮ ਤੂੰ ਸਾੜੀ ਸਦਾ ਸਹਾਈ ਹੈ ਸਾੜੀ ਸ਼ਰਨ ਅਤੇ ਸਾੜੀ ਉਮੀਦ ਹੈ ਅੱਜ ਅਸੀਂ ਤੇਰੇ ਕੋਲ ਆਏ ਹਾਂ ਅਸੀਂ ਨਾ ਸਾਰਿਆਂ ਬਸਣਾ ਲਈ ਖੁਦਾ ਦੀ ਸ਼ੁਕਰਗੁਜ਼ਾਰ ਹਾਂ ਜੋ ਜੋ ਸਾਡੇ ਲਈ ਹਾਸਲ ਕੀਤੇ ਹਨ ਇਹ ਪਵਿੱਤਰ ਮਾਂ ਅਸੀਂ ਤੈਨੂੰ ਪਿਆਰ ਕਰਦੇ ਹਾਂ ਆਪਣਾ ਪਿਆਰ ਵਿਖਾਉਣ ਲਈ ਅਸੀਂ ਇਕਰਾਰ ਕਰਦੇ ਹਾਂ ਕਿ ਅਸੀਂ ਹਮੇਸ਼ਾ ਤੇਰੇ ਭਗਤ ਰਹਾਂਗੇ ਅਤੇ ਹੋਰਨਾਂ ਨੂੰ ਵੀ ਤੇਰੇ ਕੋਲ ਲਿਆਉਣ ਲਈ ਪੂਰਾ ਪੂਰਾ ਯਤਨ ਕਰਾਂਗੇ ਇਹ ਸਦਾ ਸਹਾਈ ਮਾਂ ਤੂੰ ਜੋ ਖੁਦਾ ਦੇ ਨਾਲ ਸ਼ਕਤੀਸ਼ਾਲੀ ਹੈ ਸਾਡੇ ਲਈ ਇਹਨਾਂ ਫਸਲਾਂ ਨੂੰ ਹਾਸਲ ਕਰ ਬੁਰਾਈ ਤੇ ਜਿੱਤ ਪਾਉਣ ਦੀ ਸ਼ਕਤੀ ਯਿਸੂ ਮਸੀਹ ਦੇ ਪ੍ਰਤੀ ਪਿਆਰ ਜੀਵਨ ਭਰ ਖੁਦਾ ਦੀ ਵਫਾਦਾਰ ਸੇਵਾ ਅਤੇ ਆਖਰ ਵਿੱਚ ਪਵਿੱਤਰ ਮੌਤ ਤਾਂ ਜੋ ਅਸੀਂ ਤੇਰੇ ਸਦਾ ਸਹਾਈ ਮਾਂ ਹੇ ਪ੍ਰਭੂ ਯਿਸੂ ਮਸੀਹਾ ਤੂੰ ਕਲੀਲ ਦੇ ਕਾਨਾ ਪਿੰਡ ਵਿੱਚ ਆਪਣੀ ਮਾਂ ਮਰੀਅਮ ਦੇ ਇੱਕ ਹੀ ਸ਼ਬਦ ਦੇ ਪਾਣੀ ਨੂੰ ਅੰਗੂਰੀ ਮਹਿਕ ਵਿੱਚ ਬਦਲ ਦਿੰਦਾ ਹੁਣ ਇਹਨਾਂ ਲੋਕਾਂ ਦੀਆਂ ਦੁਆ ਸੁਣ ਜੋ ਤੇਰੇ ਅੱਗੇ ਆਪਣੀ ਸਦਾ ਸਹਾਈ ਮਾਂ ਅੱਗੇ ਸਤਿਕਾਰ ਲਈ ਇੱਥੇ ਇਕੱਠੇ ਹੋਏ ਹਨ ਕਿਰਪਾ ਕਰਕੇ ਸਾੜੀਆਂ ਬੇਨਤੀਆਂ ਅਤੇ ਸੱਚੇ ਸ਼ੁਕਰਾਨੇ ਕਬੂਲ ਕਰ
ਤੇ ਸਦਾ ਸਹਾਈ ਮਾਂ ਅਸੀਂ ਤੇਰੇ ਸ਼ਕਤੀਸ਼ਾਲੀ ਨਾਮ ਨੂੰ ਪੁਕਾਰਦੇ ਹਾਂ ਤੂੰ ਜੁਦਿਆਂ ਦੀ ਰਖਵਾਲੀ ਅਤੇ ਮਰ ਮਾਲਾ ਦਾ ਸਹਾਰਾ ਹੈ ਤੇਰਾ ਨਾਮ ਸਦਾ ਸਾਡਾ ਬੁਲਾ ਤੇ ਹੋਵੇਗਾ ਖਾਸ ਕਰਕੇ ਬੁਰਾਈ ਦੇ ਸਾਹਮਣੇ ਅਤੇ ਮੌਤ ਦੇ ਵੇਲੇ ਤੇਰਾ ਨਾਮ ਸਾਡੇ ਲਈ ਭਰੋਸਾ ਦੀ ਸ਼ਕਤੀ ਹੈ ਪਵਿੱਤਰ ਰਾਣੀ ਜਦੋਂ ਅਸੀਂ ਤੈਨੂੰ ਪੁਕਾਰੀਏ ਤੂੰ ਸਾਡੀ ਸਹਾਇਤਾ ਕਰ ਅਸੀਂ ਕੇਵਲ ਤੇਰਾ ਨਾਮ ਜਪਦੇ ਹੀ ਸੰਤੁਸ਼ਟ ਨਹੀਂ ਹੋਵਾਂਗੇ ਸਗੋਂ ਅਸੀਂ ਆਪਣੀਆਂ ਸਾਰੀਆਂ ਜ਼ਿੰਦਗੀਆਂ ਵਿੱਚ ਇਹ ਪ੍ਰਗਟ ਕਰਾਂਗੇ ਕਿ ਤੂੰ ਸੱਚਮੁੱਚ ਸਦਾ ਸਹਾਈ ਮਾਂ ਹੈ ਇਹ ਸਦਾ ਸਹਾਈ ਮਾਂ ਅਸੀਂ ਬੜੇ ਭਰੋਸੇ ਨਾਲ ਤੇਰੇ ਕੋਲ ਆਏ ਹਾਂ ਅਸੀਂ ਆਪਣੇ ਰੋਜ਼ਾਨਾ ਜ਼ਿੰਦਗੀ ਦੀਆਂ ਮੁਸ਼ਕਲਾਂ ਵਿੱਚ ਤੇਰੀ ਸਹਾਇਤਾ ਲਈ ਬੇਨਤੀ ਕਰਦੇ ਹਾਂ ਕਦੇ ਕਦੇ ਦੁੱਖ ਤਕਲੀਫਾਂ ਸਾਨੂੰ ਬੇਵਸ ਤੇ ਨਿਰਾਸ਼ ਕਰਦੀਆਂ ਹਨ ਬੇਤਾ ਤੇ ਮੁਸੀਬਤਾਂ ਸਾਡੀ ਜ਼ਿੰਦਗੀ ਨੂੰ ਪਰੇਸ਼ਾਨ ਕਰ ਦਿੰਦੀਆਂ ਹਨ ਅਤੇ ਹਰ ਥਾਂ ਸਾਨੂੰ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਇਹ ਦਰਸ ਮੰਗਵਾ ਸਾਡੇ ਉੱਤੇ ਕਿਰਪਾ ਕਰ ਸਾਡੀਆਂ ਲੋੜਾਂ ਦਾ ਸਾਨੂੰ ਸਾਰਿਆਂ ਕਲੇਸ਼ਾਂ ਤੋਂ ਛੁਡਾ ਜੇਕਰ ਖੁਦਾ ਦੀ ਮਰਜ਼ੀ ਇਹ ਹੋਵੇ ਕਿ ਅਸੀਂ ਹੋਰ ਦੁੱਖ ਚੱਲੀਏ ਤਾਂ ਸਾਨੂੰ ਸ਼ਕਤੀ ਦੇ ਕਿ ਅਸੀਂ ਇਹ ਸਭ ਕੁਛ ਪਿਆਰ ਅਤੇ ਸਬਰ ਨਾਲ ਸਹਿ ਸਕੀਏ ਅਸੀਂ ਇਹ ਵਰਦਾਨ ਆਪਣੀਆਂ ਖੂਬੀਆਂ ਉੱਤੇ ਭਰੋਸਾ ਕਰਕੇ ਨਹੀਂ ਮੰਗਦੇ ਸਗੋਂ ਸਦਾ ਸਹਾਈ ਮਾਂ ਤੇਰੇ ਪਿਆਰ ਅਤੇ ਤੇਰੀ ਸ਼ਕਤੀ ਉੱਤੇ ਭਰੋਸਾ ਰੱਖੀ ਮੰਗਦੇ ਹਾਂ ਆਮੀਨ ਅਸੀਂ ਪ੍ਰਾਰਥਨਾ ਕਰੀਏ ਇਹ ਸਾਡੇ ਪ੍ਰਭੂ ਖੁਦਾ ਕਿਰਪਾ ਕਰਕੇ ਸਾਡੇ ਸੰਤ ਪਾਪਾ ਫ੍ਰਾਂਸਿਸ ਸਾਡੇ ਬਿਸ਼ਪ ਸਾਹਿਬ ਫਾਦਰ ਸਾਹਿਬਾਨ ਅਤੇ ਧਰਮ ਸੇਵਕਾਂ ਨੂੰ ਸਾਡੀ ਕੌਮ ਦੇ ਨੇਤਾ ਅਤੇ ਸਾਡੇ ਦੇਸ਼ ਦੇ ਹਾਕਮਾਂ ਨੂੰ ਦਨਾਈ ਅਤੇ ਦੁਰਦ੍ਰਿਸ਼ਟੀ ਵਾਲੀ ਸੁਚ ਬਖਸ਼ ਦੇ ਹੇ ਪ੍ਰਭੂ ਯੇਸੂ ਮਾਮਰੀਮ ਦੇ ਰਾਹੀਂ ਸਾਡੀ ਪ੍ਰਾਰਥਨਾ ਸੁਣ ਹੇ ਪ੍ਰਭੂ ਬਖਸ਼ ਦੇ ਕਿ ਸਾਰੇ ਲੋਕ ਸ਼ਾਂਤੀ ਅਤੇ ਧਾਰਮਿਕ ਆਜ਼ਾਦੀ ਵਿੱਚ ਪਿੰਡ ਭਰਾਵਾਂ ਵਾਂਗ ਜੀਵਨ ਬਤੀਤ ਕਰਨ ਹੇ ਪ੍ਰਭੂ ਯੇਸੂ ਮਾਮਰੀਮ ਦੇ ਰਾਹੀਂ ਸਾਡੀ ਪ੍ਰਾਰਥਨਾ ਸੁਣ ਹੇ ਪ੍ਰਭੂ ਬਖਸ਼ ਦੇ ਕਿ ਤੇਰੀ ਪਵਿੱਤਰ ਮਰਜ਼ੀ ਦੇ ਮੁਤਾਬਿਕ ਇਸ ਨਵੇਨਾ ਪ੍ਰਾਰਥਨਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕ ਆਪਣੀ ਤੰਦਰੁਸਤੀ ਨੂੰ ਕਾਇਮ ਰੱਖਣ ਅਤੇ ਬਿਮਾਰ ਫਿਰ ਚੰਗੀ ਸਿਹਤ ਹਾਸਲ ਕਰ ਹੇ ਪ੍ਰਭੂ ਯੇਸੂ ਮਾਰੀਮ ਦੇ ਰਾਹੀਂ ਸਾਡੀ ਪ੍ਰਾਰਥਨਾ ਸੁਣ ਹੇ ਪ੍ਰਭੂ ਸਾਡੇ ਸਾਰੇ ਮੋਏ ਗੋਏ ਪਿੰਡ ਭਰਾਵਾਂ ਨੂੰ ਅਤੇ ਸਾਰੇ ਵਿਸ਼ਵਾਸੀਆਂ ਨੂੰ ਜੋ ਇਸ ਦੁਨੀਆਂ ਵਿੱਚੋਂ ਚਲਾਨਾ ਕਰ ਗਏ ਹਨ ਸਦੀ ਵੀ ਸ਼ਾਂਤੀ ਬਖਸ਼ ਦੇ ਹੇ ਪ੍ਰਭੂ ਯੇਸੂ ਮਾਰੀਮ ਦੇ ਰਾਹੀਂ ਸਾਡੀ ਪ੍ਰਾਰਥਨਾ ਸੁਣ ਹੇ ਪ੍ਰਭੂ ਇਸ ਨਵੇਨਾ ਪ੍ਰਾਰਥਨਾ ਦੇ ਸਾਰੇ ਕਾਸ ਇਰਾਈਆਂ ਵਿੱਚ ਅਗਵਾਈ ਅਤੇ ਸਹਾਇਤਾ ਕਰ ਅਤੇ ਇਤਿਹਾਸ ਜਾਰੀਆਂ ਦੀਆਂ ਲੋੜਾਂ ਨੂੰ ਪੂਰਾ ਕਰ ਹੇ ਪ੍ਰਭੂ ਯੇਸੂ ਮਾਰੀਮ ਦੇ ਰਾਹੀਂ ਸਾਡੀ ਪ੍ਰਾਰਥਨਾ ਸੁਣ ਹੇ ਪ੍ਰਭੂ ਬਖਸ਼ ਦੇ ਕਿ ਸਾਰੇ ਲੋਕ ਤੇਰੀ ਸੱਚਾਈ ਦੀ ਰੋਸ਼ਨੀ ਵੇਖਣ ਅਤੇ ਤੇਰੇ ਪ੍ਰੇਮ ਦੀ ਖੁਸ਼ੀ ਨੂੰ ਮਹਿਸੂਸ ਕਰਨ ਹੇ ਪ੍ਰਭੂ ਯੇਸੂ ਮਾਰੀਮ ਦੇ ਰਾਹੀਂ ਸਾਡੀ ਪ੍ਰਾਰਥਨਾ ਸੁਣ ਆਓ ਹੁਣ ਅਸੀਂ ਆਪਣੇ ਦਿਲਾਂ ਵਿੱਚ ਆਪਣੀਆਂ ਨਿੱਜੀਆਂ ਜ਼ਰੂਰਤਾਂ ਆਪਣੀ ਪਿਆਰੀ ਮਾਂ ਮਰੀਮ ਦੇ ਅੱਗੇ ਪੇਸ਼ ਕਰੀਏ ਅਸੀਂ ਪ੍ਰਾਰਥਨਾ ਕਰੀਏ ਮੁਕੇਸ਼ ਅਦੇਵ ਦਾ ਪਰਿਵਾਰ ਲਈ ਜਿਨ੍ਹਾਂ ਨੇ ਇਸ ਨਵੇਨੇ ਦਾ ਪ੍ਰਬੰਧ ਕੀਤਾ ਨਾਲੇ ਰੁਬੀਨਾ ਪੁੱਤਰੀ ਸਾਮਸਨ ਜਿਨ੍ਹਾਂ ਆਪਣੇ ਇਰਾਦੇ ਪ੍ਰਭੂ ਦੇ ਹਜ਼ੂਰੀ ਵਿੱਚ ਕੁਮਾਰੀ ਮਰੀਮ ਦੇ ਰਾਗੀ ਪਿੰਡ ਚੜਾਉਣਾ ਚਾਹਤੇ ਨੇ ਨਾਲੇ ਅਸੀਂ ਪ੍ਰਾਰਥਨਾ ਕਰੀਏ CMC ਜਮਾਤ ਦੇ ਮੈਂਬਰ ਸਾਹਿਬਾਨਾਂ ਲਈ ਤਾਂ ਕਿ ਉਹਨਾਂ ਕਰਮਲ ਦੀ ਮਾਂ ਦੇ ਨਮੂਨੇ 'ਤੇ ਚੱਲ ਕੇ ਕੁਮਾਰੀ ਮਰੀਮ ਨੂੰ ਆਪਣਾ ਰੂਪ ਅਤੇ ਸਰੂਪ ਜਾਣ ਕੇ ਸੇਵਾ ਵਾਲੀ ਜ਼ਿੰਦਗੀ ਨੂੰ ਅਪਣਾਉਣ ਲਈ ਕਾਮਯਾਬ ਹੋਣ ਹੇ ਪ੍ਰਭੂ ਯੇਸੂ ਕਲੀਸਿਆ ਦੇ ਰਾਹੀਂ ਸਾਨੂੰ ਦਿੰਦੇ ਗਏ ਨਵਜੀਵਨ ਦੇ ਵਰਦਾਨ ਲਈ ਸਾਡੀ ਸ਼ੁਕਰਗੁਜ਼ਾਰੀ ਕਬੂਲ ਕਰ ਹੇ ਪ੍ਰਭੂ ਯੇਸੂ ਅਸੀਂ ਆਪਣੀ ਮਾਂ ਮਰੀਮ ਦੇ ਰਾਹੀਂ ਤੇਰਾ ਸ਼ੁਕਰ ਕਰਦੇ ਹਾਂ ਉਹਨਾਂ ਸਾਰੀਆਂ ਫਸਲਾਂ ਅਤੇ ਬਰਕਤਾਂ ਲਈ ਜਿਹੜੇ ਅਸੀਂ ਕਲੀਸਿਆ ਵਿੱਚ ਸਾਕਰਮਿੰਡਾ ਰਾਹੀਂ ਪ੍ਰਾਪਤ ਕੀਤੇ ਹਨ ਸਾਡੀ ਸ਼ੁਕਰਗੁਜ਼ਾਰੀ ਕਬੂਲ ਕਰ ਹੇ ਪ੍ਰਭੂ ਯੇਸੂ ਅਸੀਂ ਆਪਣੀ ਮਾਂ ਮਰੀਮ ਦੇ ਰਾਹੀਂ ਤੇਰਾ ਸ਼ੁਕਰ ਕਰਦੇ ਹਾਂ
ਸਾਰੀਆਂ ਰੂਹਾਨੀ ਅਤੇ ਇਸਮਾਨੀ ਬਰਕਤਾਂ ਲਈ ਜੋ ਤੂੰ ਸਾਨੂੰ ਬਖਸ਼ਿਆ ਹਨ ਸਾਡੀ ਸ਼ੁਕਰਗੁਜ਼ਾਰੀ ਕਬੂਲ ਕਰ। ਏ ਪ੍ਰਭੂ ਯੇਸੂ, ਅਸੀਂ ਆਪਣੀ ਮਾਂ ਮਰੀਮ ਦੇ ਰਾਹੀਂ ਤੇਰਾ ਸ਼ੁਕਰ ਕਰਦੇ ਹਾਂ। ਆਓ ਹੁਣ ਅਸੀਂ ਸਾਨੂੰ ਮਿਲੀਆਂ ਸਾਰੀਆਂ ਬਰਕਤਾਂ ਲਈ ਆਪਣੇ ਦਿਲਾਂ ਵਿੱਚ ਮਾਂ ਮਰੀਮ ਦੀ ਸ਼ੁਕਰਗੁਜ਼ਾਰੀ ਕਰੀਏ। ਸੰਗਤ ਵਿਸ਼ਵਾਸ ਇਹ ਸਦਾ ਸਗਾਈ ਮਾਂ ਤੂੰ ਪਰਮਾਤਮਾ ਅਤੇ ਦਿਆਲੂ ਹੈ, ਖੁਦਾ ਦੀਆਂ ਸਾਰੀਆਂ ਬਰਕਤਾਂ ਤੇਰੇ ਦੁਆਰਾ ਹੀ ਸਾਨੂੰ ਮਿਲਦੀਆਂ ਹਨ। ਤੂੰ ਪਾਪੀਆਂ ਦੀ ਉਮੀਦ ਹੈ ਪਿਆਰੀ ਮਾਂ ਸਾਡੇ ਕੋਲ ਆ, ਕਿਉਂਕਿ ਤੂੰ ਹੀ ਸਾਡਾ ਆਸਰਾ ਅਤੇ ਭਰੋਸਾ ਹੈ, ਤੇਰੇ ਹੱਥਾਂ ਵਿੱਚ ਸਾਡੀ ਮੁਕਤੀ ਹੈ। ਪਿਆਰੀ ਮਾਂ ਅਸੀਂ ਤੇਰੀ ਸੰਤਾਨ ਹਾਂ, ਸਾਡੀ ਦੇਖਭਾਲ ਕਰ, ਜੇ ਤੂੰ ਇਹ ਕਰੇਗੀ ਤਾਂ ਸਾਨੂੰ ਕਿਸੇ ਦਾ ਡਰ ਨਹੀਂ। ਯੇਸੂ ਮਸੀਹ ਕੋਲ ਤੂੰ ਸਾਡੇ ਪਾਪਾਂ ਲਈ ਮਾਫੀ ਹਾਸਲ ਕਰ, ਤੇਰੇ ਨਾਲ ਹੋ ਕੇ ਅਸੀਂ ਤੇਰੇ ਬੇਟੇ ਅਤੇ ਆਪਣੇ ਭਰਾ ਯੇਸੂ ਮਸੀਹ ਦੇ ਸਾਹਮਣੇ ਪੇਸ਼ ਹੋਣਾ ਚਾਹੁੰਦੇ ਹਾਂ। ਜਦੋਂ ਪਾਪ ਅਤੇ ਬੁਰਾਈ ਸਾਡੇ ਸਾਹਮਣੇ ਹੁੰਦੇ ਹਨ ਤਾਂ ਸਾਨੂੰ ਪ੍ਰੇਰਨਾ ਦੇ ਕਿ ਅਸੀਂ ਤੇਰਾ ਨਾਮ ਲੈ ਕੇ ਤੇਰੇ ਕੋਲੋਂ ਮਦਦ ਮੰਗੀਏ। ਸਦਾ ਸਹਾਈ ਮਾਂ ਸਾਨੂੰ ਹਮੇਸ਼ਾ ਪਾਪਾਂ ਦੀ ਮਾਫੀ, ਯੇਸੂ ਮਸੀਹ ਦੇ ਪਿਆਰ ਅਤੇ ਵਿਸ਼ਵਾਸ ਅਤੇ ਹਰ ਤਰ੍ਹਾਂ ਦੀ ਮਦਦ ਲਈ ਸਦਾ ਆਪਣੇ ਕੋਲ ਆਉਣ ਦਾ ਫਜ਼ਲ ਦਿਵਾ ਦੇ, ਆਮੀਨ। ਅਸੀਂ ਸਾਰੇ ਗੁੱਟਨੇ ਟੇਕ ਕੇ ਬਿਮਾਰਾਂ ਦੀ ਮਾਂ ਮਰੀਮ ਦੇ ਸ਼ਰਨਾਂ ਵਿੱਚ ਆਈ, ਉਹਨਾਂ ਸਾਰੇ ਬਿਮਾਰਾਂ ਨੂੰ ਵਿਸ਼ੇਸ਼ ਤੌਰ 'ਤੇ ਮਾਂ ਮਰੀਮ ਦੇ ਹਜ਼ੂਰੀ ਵਿੱਚ ਪਿੰਡ ਚੜਾ ਕੇ ਪ੍ਰਾਰਥਨਾ ਕੀਤੀ। ਹੇ ਪ੍ਰਭੂ, ਆਪਣੇ ਸੇਵਕਾਂ ਵੱਲ ਧਿਆਨ ਦੇ ਜੋ ਸਰੀਰਕ ਬਿਮਾਰੀ ਨਾਲ ਪੀੜਿਤ ਹਨ, ਇਹਨਾਂ ਨੂੰ ਮਦਦ ਬਖਸ਼ ਅਤੇ ਸੁਰਜਿਤ ਕਰ। ਜਿਨ੍ਹਾਂ ਦੀ ਤੂੰ ਰਚਨਾ ਕੀਤੀ ਹੈ, ਤੇਰੀ ਕਿਰਪਾ ਨਾਲ ਹੀ ਇੱਕ ਆਪਣੇ ਕਸ਼ਟਾਂ ਤੋਂ ਮੁਕਤ ਹੋ ਕੇ ਤੰਦਰੁਸਤ ਹੋ ਜਾਣ, ਸਾਡੇ ਪ੍ਰਭੂ ਯੇਸੂ ਮਸੀਹ ਦੇ ਰਾਹੀਂ, ਆਮੀਨ।
ਪ੍ਰਭੂ ਯੇਸੂ ਮਸੀਹ ਤੁਗਾੜੇ ਨਾਲ ਹੋਵੇ ਅਤੇ ਤੁਗਾੜੀ ਰੱਖਿਆ ਕਰੇ, ਉਹ ਤੁਗਾੜੇ ਅੰਦਰ ਨਿਵਾਸ ਕਰੇ ਅਤੇ ਤੁਗਾ ਨੂੰ ਸਹਾਰਾ ਦੇਵੇ, ਉਹ ਤੁਗਾੜੇ ਸਾਹਮਣੇ ਹੋਵੇ ਅਤੇ ਤੁਗਾੜੀ ਅਗਵਾਈ ਕਰੇ, ਉਹ ਤੁਗਾੜੇ ਪਿੱਛੇ ਹੋਵੇ ਅਤੇ ਤੁਗਾੜਾ ਬਚਾਓ ਕਰੇ, ਉਹ ਤੁਗਾੜੇ ਉੱਪਰ ਹੋਵੇ ਅਤੇ ਤੁਗਾ ਨੂੰ ਬਰਕਤ ਦੇਵੇ, ਪਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਅਸੀਂ ਸਾਰੇ ਖੜ੍ਹੇ ਹੋ ਕੇ ਦੁਨੀਆ ਭਰ ਦੇ ਮਸੀਹ ਸੰਗਤ ਦੇ ਨਾਲ ਮਿਲ ਕੇ ਆਖੀਏ, ਸਲਾਮ ਏ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧੰਨ ਹੈ, ਨਾਲੇ ਧੰਨ ਹੈ ਤੇਰੇ ਪੇਟ ਦਾ ਫਲ ਯਿਸੂ। ਏ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹ ਕਰਨ ਲਈ ਦੁਆ ਕਰ, ਹੁਣੇ ਤੇ ਸਾਡੀ ਮੌਤ ਦੇ ਵੇਲੇ, ਆਮੀਨ। ਏ ਖੁਦਾ ਦੀ ਪਵਿੱਤਰ ਮਾਂ, ਸਾਡੇ ਲਈ ਦੁਆ ਕਰ, ਤਾਂ ਜੋ ਅਸੀਂ ਮਸੀਹ ਦੇ ਵਾਅਦੇ ਦੇ ਲਾਇਕ ਬਣ ਜਾਈਏ। ਅਸੀਂ ਦੁਆ ਕਰੀਏ, ਇਹ ਪ੍ਰਭੂ ਯੇਸੂ, ਤੂੰ ਆਪਣੀ ਮਾਂ ਨੂੰ ਸਾਡੀ ਮਾਂ ਬਣਾਈ ਆ, ਜੋ ਹਰ ਵੇਲੇ ਸਾਡੀ ਸਹਾਇਤਾ ਲਈ ਤਿਆਰ ਰਹਿੰਦੀ ਹੈ। ਅਸੀਂ ਉਸਦੀ ਤਸਵੀਰ ਦੇ ਸਾਹਮਣੇ ਖੜ੍ਹੇ ਹੋ ਕੇ ਉਸਦਾ ਸਤਿਕਾਰ ਕਰਦੇ ਹਾਂ। ਕਿਰਪਾ ਕਰ ਕਿ ਅਸੀਂ ਉਸਦੀ ਪ੍ਰਾਰਥਨਾ ਦੀ ਸਹਾਇਤਾ ਨਾਲ ਹਮੇਸ਼ਾ ਤੇਰੀ ਮੁਕਤੀ ਦੇ ਫਲ ਪ੍ਰਾਪਤ ਕਰ ਸਕੀਏ। ਅਸੀਂ ਇੱਕ ਵਰਦਾਨ ਮੰਗਦੇ ਹਾਂ ਤੇਰੇ ਤੋਂ, ਜੋ ਜੀਵਨ ਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ, ਆਮੀਨ। ਪ੍ਰਭ ਤੁਗਾਰੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵਸ਼ਕਤੀਮਾਨ ਖੁਦਾ, ਪਾਪ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ, ਆਮੀਨ।